ਅਕਾਲ ਪੁਰਖ ਦੀ ਅਗੰਮੀ ਜੋਤ ਨੇ ਭਾਰਤ ਵਰਸ਼ ਦੇ ਇਨਸਾਨੀਅਤ ਦੇ ਭਲੇ ਦੀ ਖਾਤਰ 10 ਜਾਮੇ ਬਦਲੇ ਨੇ। ਚਾਹੇ ਦੁੱਖਾਂ ਦੇ ਬੰਧਨ ਨੇ, ਵਿਕਾਰਾਂ ਦੇ ਬੰਧਨ ਨੇ, ਰੋਗਾਂ ਸੋਗਾਂ ਦੇ ਬੰਧਨ ਨੇ, ਚਾਹੇ ਪ੍ਰਤੱਖ ਦੇਸ਼ ਦੀ ਗੁਲਾਮੀ ਹੈ, ਇੱਕ ਪਰਮਾਤਮਾ ਨਿਜ਼ਾਤ ਦਿਵਾਉਣ ਵਾਲਾ ਹੈ ਔਰ ਉਹਦੇ ਸਰਗੁਣ ਸਰੂਪ ਗੁਰੂ ਪਾਤਸ਼ਾਹ ਬੰਦੀ ਛੋੜ ਨੇ ਨਿਜ਼ਾਤ ਦਿਵਾਉਣ ਵਾਲੇ ਨੇ। ਬਾਣੀ ਦਾ ਫੁਰਮਾਨ ਹੈ, ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ। ਪਰਮਾਤਮਾ ਵਿਕਾਰਾਂ ਦੇ, ਮੌਤ ਦੇ, ਜੰਮਣ ਮਰਨ ਦੇ ਪੈਰੀਂ ਜੰਜੀਰਾਂ ਦੇ, ਦੁੱਖਾਂ ਰੋਗਾਂ ਸੋਗਾਂ ਦੇ ਬੰਧਨ ਕੱਟਣ ਵਾਲਾ ਹੈ ਔਰ ਉਹੀ ਪਰਮਾਤਮਾ ਗੁਰੂ ਸਾਹਿਬ ਦੇ ਰੂਪ ਵਿੱਚ ਭਾਰਤ ਦੀ ਰੂਹੇ ਜ਼ਮੀਨ 'ਤੇ ਪ੍ਰਗਟ ਹੁੰਦੇ ਨੇ। ਛੇਵੇਂ ਜਾਮੇ ਵਿੱਚ 22 ਧਾਰ ਦੇ ਰਾਜਿਆਂ ਦੇ ਜਿਹੜੇ ਵੱਡੇ ਵਡੇਰੇ ਸਨ, ਰਾਜਪੂਤ ਰਾਜੇ, ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਦੇ ਬੰਧਨ ਕੱਟੇ। ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਉੜੀਣਾ। ਗੁਰੂ ਤੇ ਪਰਮੇਸ਼ਰ ਹੀ ਬੰਧਨ ਕੱਟਣ ਵਾਲੇ ਨੇ ਔਰ ਦੋਨੇ ਇੱਕ ਹੀ ਹਸਤੀ ਨੇ। ਗੁਰ ਪਰਮੇਸ਼ਰ ਏਕੋ ਜਾਣ ਜੋਤਿਸ਼ ਭਾਵੈ ਸੋ ਪ੍ਰਵਾਨ। ਜੋ ਗੁਰੂ ਪਰਮੇਸ਼ਰ ਨੂੰ ਭਾਉਂਦਾ ਹੈ ਉਹੀ ਹੋਵੇਗਾ। ਹੁਣ ਭਾਰਤ ਵਰਸ਼ ਦੇ ਬੰਧਨ ਕੱਟਣ ਦੇ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਜ਼ਲੂਮ ਨੂੰ ਗੁਲਾਮੀ ਤੋਂ ਨਿਜ਼ਾਤ ਦਿਵਾਉਣ ਲਈ ਇਸ ਭਾਰਤ ਦੀ ਰੂਹੇ ਜ਼ਮੀਨ 'ਤੇ ਪ੍ਰਗਟ ਹੋਏ ਔਰ ਨਾਲ ਇਹ ਕਿਹਾ ਹੈ ਵੀ ਮੈਂ ਕਿਸ ਕਾਰਨ ਆਇਆ, ਹਮ ਇਹ ਕਾਜ ਜਗਤ ਮੋਹ ਆਏ। ਧਰਮ ਹੇਤ ਗੁਰਦੇਵ ਪਠਾਏ, ਜਹਾਂ ਤਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਖੀਨ ਪਕਰ ਪਿਛਾਰੋ, ਯਹੀ ਕਾਜ ਧਰਾ ਹਮ ਜਨਮੰ, ਸਮਝ ਲਿਹੋ ਸਾਧੂ ਸਮ ਮਨਮੰ, ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਕਹਿੰਦੇ ਮੈਂ ਦੁਸ਼ਟਾਂ ਦੇ ਖਾਤਮੇ ਲਈ, ਧਰਮ ਨੂੰ ਚਲਾਉਣ ਦੇ ਲਈ ਦੁਨੀਆ 'ਤੇ ਪ੍ਰਗਟ ਹੋਇਆ। ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਫੁਰਮਾਨ ਹੈ ਨਾ, ਸੰਤਾਂ ਮਾਨੋ ਦੂਤਾਂ ਡਾਨੋ ਇਹ ਕੁਟਵਾਰੀ ਮੇਰੀ। ਸੱਤ ਪੁਰਸ਼ਾਂ ਦੀ ਇਹੀ ਡਿਊਟੀ ਹੁੰਦੀ ਹੈ, ਦੁਸ਼ਟਾਂ ਦਾ ਨਾਸ਼ ਕਰਨਾ ਅਤੇ ਧਰਮ ਦੀ ਸਥਾਪਨਾ ਕਰਨੀ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪ੍ਰਗਟ ਹੋਏ। ਕਿਉਂ ਹੋਲੇ ਮਹੱਲੇ ਦੇ ਸਮਾਗਮ ਦਾ ਆਗਾਜ਼ ਹੋਇਆ, ਕਿਉਂ ਤਲਵਾਰ ਚੁੱਕਣੀ ਪਈ? ਗੁਰੂ ਨਾਨਕ ਦਾ ਘਰ ਫਕੀਰਾਂ ਦਾ ਘਰ ਹੈ, ਪੀਰੀ ਦਾ ਘਰ ਹੈ ਭਗਤੀ ਦਾ। ਜਦੋਂ ਭਗਤੀ ਨੂੰ ਬੁਜ਼ਦਲੀ ਸਮਝ ਲਿਆ ਜਾਵੇ, ਸੰਤ ਦੀ ਨਿਰਮਾਣਤਾ ਨੂੰ ਤਤੀ ਤਵੀ 'ਤੇ ਬਿਠਾ ਕੇ ਲੂਹ ਦਿੱਤਾ ਜਾਵੇ, ਸੰਤ ਦੀ ਨਿਰਮਾਣਤਾ ਨੂੰ ਚਾਂਦਨੀ ਚੌਂਕ ਬਿਠਾ ਕੇ ਸ਼ਹੀਦ ਕਰ ਦਿੱਤਾ ਜਾਵੇ, ਹਾਲਾਤ ਐਸੇ ਬਣ ਗਏ ਫਿਰ ਤਲਵਾਰ ਚੁੱਕਣੀ ਪਈ। ਮਹਾਰਾਜ ਨੇ ਬਚਿੱਤਰ ਨਾਟਕ ਦੇ ਵਿੱਚ ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ ਆਪਣੀ ਪੁਰਜ਼ੋਰ ਕਲਮ ਨਾਲ ਬਚਨ ਲਿਖੇ ਨੇ, ਤਲਵਾਰ ਚੁੱਕਣ ਦਾ ਕਾਰਨ ਸੀ ਤਿਲਕ ਜੰਜੂ, ਰਾਖਾ ਪ੍ਰਭ ਤਾਂਕਾ ਕੀਨੋ ਵੱਡੋ ਕਲੂ ਮਹਿ ਸਾਕਾ, ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਭਾਰਤ ਵਰਸ਼ ਨੂੰ, ਡੁੱਬਦੇ ਜੰਜੂ ਨੂੰ, ਇਨਸਾਨੀਅਤ ਨੂੰ ਬਚਾਉਣ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਸਿਰ ਦੇ ਦਿੱਤਾ। ਬਾਬਰ ਕਿਆਂ ਨਾਲ ਬਾਬੇ ਕਿਆਂ ਦੀ ਟੱਕਰ ਪਹਿਲੇ ਜਾਮੇ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋ ਗਈ ਸੀ। ਪਹਿਲੇ 5 ਜਾਮੇ ਗੁਰੂ ਅਰਜਨ ਸਾਹਿਬ ਤੱਕ ਗਿਆਨ ਦੀ ਖੜਗ ਨਾਲ ਵਿਕਾਰਾਂ ਦਾ ਖਾਤਮਾ ਕਰਦੇ ਰਹੇ। 6ਵੇਂ ਜਾਮੇ ਵਿੱਚ ਪ੍ਰਤੱਖ ਲੋਹੇ ਦੀ ਖੜਗ ਲੈ ਕੇ 4 ਜੰਗਾਂ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਾਹਜਹਾਨ ਦੀਆਂ ਫੌਜਾਂ ਭਾਰਤ ਵਰਸ਼ ਦੇ ਹੁਕਮਰਾਨ ਕੋਲੋਂ ਜਿੱਤੀਆਂ। 9ਵੇਂ ਪਾਤਸ਼ਾਹ ਸ਼ਹੀਦ ਹੋਏ ਤੇ 10ਵੇਂ ਪਾਤਸ਼ਾਹ ਕਹਿੰਦੇ ਮੈਂ ਖਾਮ ਖਾ ਜੰਗ ਨਹੀਂ ਸੀ ਲੜਨੀ ਚਾਹੁੰਦਾ। ਹਕੀਮ ਅੱਲਾ ਯਾਰ ਖਾਂ ਨੇ ਇਹ ਬਚਨ ਲਿਖਿਆ, ਕਹਿੰਦੇ ਕਲਗੀ ਧਰਕਿਆ ਕਰਦੇ ਸਨ, ਬੇਵਜਹ ਹਮ ਤੋਂ ਖੁਦ ਨਹੀਂ ਚਾਹਤੇ ਕਿ ਜੰਗ ਹੋ। ਪਰਸ਼ੀਅਨ ਵਿੱਚ ਲਿਖਦਾ ਹੈ, ਬੇਵਜਹ ਹਮ ਤੋਂ ਖੁਦ ਨਹੀਂ ਚਾਹਤੇ ਕਿ ਜੰਗ ਹੋ, ਲੜੇਂਗੇ ਉਸੇ ਲੜਨੇ ਕੀ ਜਿਸੇ ਉਮੰਗ ਹੋ।
ठोकर से फेंक देंगे जो रास्ते में संग हो, सर उसका काट लेंगे कहा जिसने तंग हो। खोरेंजी वरना खलक की कब हमको भाती है, शेरों की फौज कह दे तू कासिद जाती है। आखन लगे मैं तलवार चुकनी नहीं सी चाहुंदा, मेरा फलसफा ते ए ही सी जिमें दसम बाणी दे बोल ने, देश और ना भेस जाकर रूप रेख ना राग, जतर तत्र दिशा विशा होए फैलियो अनुराग। कहिंदे सारी दुनिया दे विच प्रेम फैलिया है, मैं सब नाल प्रेम करदा, मेरा फलसफा ये है जो सरणे आवे ते सकंठ लावे, जेड़ा प्रेम नाल चुक के आवे गले नाल लाउना है, ते जेड़ा चढ़ के आवे तलवार लैके आवे कहिंदे उहदा खुरा खोज मिटा दिंदा है। गुरु गोबिंद सिंह दे पाक बोल ने के साहिब शौरस्त, फारसी विच लिखदे ने पातशाह के साहिब शौरस्त, आजिज निवाज गरीब उल परस्तो गनीम उल गुदाज, गरीबां नूं पालना ते गनीमां नूं हंकारियां नूं गाल के सुट देना ये मेरा सुभाअ है। फलसफा ते ए ही सी भी हर दिशा दे विच प्रेम है, सब रब दा रूप ने हर जरे विच खुदा वसदा है, पर जदों सामने कोई मजबूर करे निर्माणता नूं तत्ती तवी ते बिठावे, चांदनी चौंक बिठा के शहीद करे, अगर तुसी तलवार नहीं उठाओगे ते लोक आखणगे ए बुजदिल ने। संत दी निर्माणता नूं बुजदिली समझ लैणगे, निम्रता किसे हद तक ठीक है गऊ वर्गी रख, पर इन्ना भी निम्रतावान ना हो जाई गऊ वांगू संगल पै जावे, शेर वर्गा साहस भी रखना जरूरी है। शेरां दे गल संगल नहीं पैंदे। गुरु गोबिंद सिंह पातशाह फलसफा प्रेम दा रखदे ने। जे कोई आखे भी जे प्रेम दा फलसफा सी ते 14 जंगा औरंगजेब कोलों जितियां ने, लड़े ही क्यों? देखो कदे भी कलगीधर महाराज ने 14 जंगा दरमियान पहला वार नहीं किया दुश्मन ते। मैं एक जंग का जिक्र करा, कलगीधर पातशाह भारत वर्ष की रूहे जमीन के उत्ते पौंटा साहब की पाक धरती के उत्ते दसम बाणी उचारदे ने, ते कई वार सिंघां नूं लैके शिकार नूं चढ़दे ने। देखो ये फर्क है, तू शिकार खेडे तू जीव हत्या करें तेरे लिए गुनाह बन गया। गुरु गोबिंद सिंह दे मुबारक हस्त कमल जदों तीर कढ के शेर दी छाती विन लैंदे ने, ते बाणी कहिंदी है गुरु निजात बख्शदा है, गुरु दे हथों मरन वाला सीधा मुक्ति हासिल करदा है। ये मुक्ति गुरु ही दे सकदा, तुहाडे मेरे वर्गे नहीं भाई रे। क्यों महाराज बाणी विच समझाउंदे ने, संत जना की रेण, संत सदा गुर पाई है मुक्त पदार्थ तेण, गुरु ही मुक्ति दाता है, वही निजात बख्शन वाला है, दूसरा कोई नहीं। हुण महाराज जंगलां दे विच ने, 22 धार दे राजियां चों एक राजा हरिचंद हंडूरिया, ध्यान दिओ कलगीधर तलवार शौक नाल नहीं चुक रहे, कदे जंग विच पहल नहीं करदे। हरिचंद ने घेरा पा लिया, 80,000 फौज है। यह जंग बचित्र नाटक विच कलगीधर महाराज ने भी लिखी है, अपनी ऑटोबायोग्राफी विच लिखदे ने, घेरा पै गया कोई 50 सिंह ने कलगीधर दे कोल ते घेरा 80,000 दा। अगर महाराज निरे लड़ाके हुंदे फकीरी दा पक्ष ना हुंदा, मैदाने जंग विच हरिचंद ने एक बात आखी जेदा जवाब फकीरां वांगू कलगीधर ने दिता सी, लड़ाकियां वांगू नहीं। हरिचंद कहिंदा कलगीधर सुनिया है तुहाडे तीर दा निशाना कदे खुंजदा नहीं है, और ये भी सुनिया है कोई एदा दी ढाल नहीं बनी जेड़ी तेरे तीर दी धार तो बच सके।
ਆ ਜਿਹੜਾ ਤੇਰਾ ਨੀਲਾ ਘੋੜਾ ਹੈ ਬੜੀਆਂ ਬੜੀਆਂ ਚਟਾਨਾਂ ਨੂੰ ਮਲੀਆ ਮੇਟ ਕਰ ਦਿੰਦਾ ਹੈ। ਬੜੇ ਪਹਾੜ ਤੋਂ ਲੰਘੇ ਹੋਣਗੇ ਪਰ ਅੱਜ 22 ਧਾਰ ਦੇ ਰਾਜਪੂਤ ਰਾਜਿਆਂ 'ਚੋਂ ਸਭ ਤੋਂ ਗਾਂਢੀਵ ਸੂਰਮਾ ਹਰੀ ਚੰਦ ਹੰਡੂਰੀਆ ਤੇਰੇ ਸਾਹਮਣੇ ਹੈ। ਇਸ ਪਹਾੜ ਨੂੰ ਅੱਜ ਤੱਕ ਕੋਈ ਲੰਘ ਨਹੀਂ ਸਕਿਆ ਤੇ ਜੇ ਸਿੰਘਾਂ ਦੇ ਨਾਲ ਹੀ ਮਰਨਾ ਹੈ ਤਾਂ ਦੱਸ ਦਿਓ ਤੇ ਜੇ ਫੈਸਲਾ ਆਪਣੇ ਦੋਹਾਂ ਦੇ ਦਰਮਿਆਨ ਤੀਰ ਅੰਦਾਜ਼ੀ ਨਾਲ ਹੋ ਜਾਵੇ ਤੇ ਇਹ ਠੀਕ ਹੈ, ਗੈਰਾਂ ਦੇ ਪੁੱਤ ਮਰਨੋਂ ਬਚ ਸਕਦੇ ਨੇ। ਇਹ 80,000 ਦੇ ਘੇਰੇ ਨੂੰ ਤੁਹਾਡਾ ਘੋੜਾ ਸਰ ਨਹੀਂ ਕਰ ਸਕਦਾ, ਇੱਥੋਂ ਦੌੜ ਨਹੀਂ ਸਕਦੇ ਤੁਸੀਂ। ਹਾਂ, ਤੁਹਾਡੀ ਉਮਰ ਹਜੇ ਬਾਲਕਾਂ ਵਾਲੀ ਹੈ, ਜਵਾਨੀ ਵਿੱਚ ਹਜੇ ਕਦਮ ਰੱਖ ਰਹੇ ਹੋ। ਜਾਓ, ਇਸ ਮੈਦਾਨੇ ਜੰਗ ਦੇ ਵਿੱਚ ਪਹਿਲਾ ਵਾਰ ਕਰ ਲਵੋ। ਵੈਸੇ ਦੁਸ਼ਮਣ ਕਦੇ ਇਹ ਆਗਿਆ ਨਹੀਂ ਦਿੰਦਾ। ਜਾਓ, ਤੁਹਾਨੂੰ ਇੰਨੀ ਕੁ ਛੂਟ ਦੇ ਦਿੱਤੀ, ਉਮਰ ਹੌਲੀ ਹੈ, ਤੁਸੀਂ ਪਹਿਲਾ ਵਾਰ ਕਰ ਲਓ ਕਿਉਂਕਿ ਮੇਰੇ ਵਾਰ ਤੋਂ ਬਾਅਦ ਤੁਸੀਂ ਵਾਰ ਕਰਨ ਦੇ ਕਾਬਲ ਨਹੀਂ ਰਹਿਣਾ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ, ਹਰੀ ਚੰਦ ਤੂੰ ਕੌਣ ਹੈ? ਕਹਿੰਦਾ, ਮੈਂ ਸੂਰਬੀਰ। ਤੇ ਮਹਾਰਾਜ ਕਹਿੰਦੇ, ਮੈਂ ਸੂਰਬੀਰ ਨਾਲੋਂ ਪਹਿਲਾਂ ਫਕੀਰ ਹਾਂ। ਤੇ ਫਕੀਰ ਨਿਰਮਾਣਤਾ ਵਿੱਚ ਸਮੁੰਦਰ ਨਿਆਈ ਸ਼ਾਂਤ ਰਹਿੰਦੇ ਨੇ, ਕਦੇ ਪਹਿਲ ਨਹੀਂ ਕਰਦੇ। ਤੂੰ ਕੀ ਯਾਦ ਕਰੇਗਾ? ਫਕੀਰ ਫਕੀਰੀ ਵਿੱਚ ਡੁੱਬਾ ਹੈ, ਜਾ ਪਹਿਲਾ ਵਾਰ ਹਰੀ ਚੰਦਾ ਤੂੰ ਕਰ ਲੈ। ਜੇ ਲੜਾਕੇ ਹੁੰਦੇ ਤੇ ਪਹਿਲਾ ਵਾਰ ਕਰਦੇ ਨਹੀਂ। ਇਹ ਫਕੀਰਾਂ ਦਾ ਘਰ ਹੈ, ਗੁਰੂ ਨਾਨਕ ਦਾ ਘਰ। ਪਹਿਲਾਂ ਪੀਰੀ ਹੈ, ਫਿਰ ਮੀਰੀ ਦੀ ਗੱਲ ਹੈ। ਪਹਿਲਾਂ ਹਰਿਮੰਦਰ ਸਾਹਿਬ ਹੈ, ਚਰਨਾਂ ਵਾਲੇ ਪਾਸੇ ਅਕਾਲ ਤਖਤ ਸਾਹਿਬ ਹੈ। ਪਹਿਲਾਂ ਭਗਤੀ ਦਾ ਕੇਂਦਰ ਹੈ, ਫਿਰ ਸ਼ਕਤੀ ਦਾ ਕੇਂਦਰ ਹੈ। ਹਰੀ ਚੰਦ ਮੁਸਕੁਰਾਇਆ, ਕਹਿੰਦਾ, ਗੁਰੂ ਅਣਜਾਣ ਹੈ, ਇਹਨੂੰ ਨਹੀਂ ਪਤਾ ਇਸ ਰਾਜਪੂਤ ਦੇ ਤੀਰ ਦੀ ਧਾਰ ਨੂੰ ਕੋਈ ਰੋਕ ਨਹੀਂ ਸਕਦਾ। ਮਹਾਰਾਜ ਕਹਿੰਦੇ, ਗੁੱਸੇ 'ਚ ਆਇਆ, ਭੱਠੇ 'ਚੋਂ ਕੱਢ ਕੇ ਤੀਰ। ਮੈਂ ਸੰਖੇਪ ਵਿੱਚ ਹੀ ਜ਼ਿਕਰ ਕਰਾਂਗਾ, ਇਹ ਲੰਮਾ ਇਤਿਹਾਸ ਹੈ। ਫਿਰ ਹੋਲੇ ਮਹੱਲੇ ਬਾਬਤ ਆਪਾਂ ਇੱਕ ਗਜ਼ਲ ਵੀ ਸਰਵਣ ਕਰਾਉਣੀ ਹੈ ਤੁਹਾਨੂੰ, ਜੋ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਬਹਿ ਕੇ ਇਹਨਾਂ ਦਿਨਾਂ ਦੇ ਵਿੱਚ ਭਾਈ ਨੰਦ ਲਾਲ ਨੇ ਲਿਖੀ ਸੀ। ਵੀ ਉੱਥੇ ਹੋਇਆ ਕੀ ਹੈ ਨੰਦਾਂ ਦੀ ਪੁਰੀ ਵਿੱਚ? ਮਹਾਰਾਜ ਨੇ ਸ਼ਸਤਰ ਚੁੱਕਿਆ। ਹਰੀ ਚੰਦ ਦੇ ਵਾਰ ਤੋਂ ਬਚਣ ਦੇ ਲਈ ਢਾਲਾ ਲੈ ਲਿਆ। ਹਰੀ ਚੰਦ ਨੇ ਤੀਰ ਕੱਢਿਆ ਗੁੱਸੇ ਵਿੱਚ ਆ ਕੇ। ਹਰੀ ਚੰਦ ਕੋਪੇ ਕਮਾਨੰਗ ਸੰਭਾਰੰਗ, ਪ੍ਰਥਮ ਬਾਜੀਅੰਗ ਬਾਣ ਤਾਣੰਗ ਪ੍ਰਹਾਰੰਗ। ਭੱਥੇ 'ਚੋਂ ਤੀਰ ਕੱਢ ਕੇ ਤੰਦ 'ਤੇ ਚਾੜ ਕੇ ਕੰਨ ਤਾਈਂ ਖਿੱਚ ਕੇ ਕਲਗੀਧਰ ਬਾਪੂ ਦੀ ਛਾਤੀ ਦਾ ਨਿਸ਼ਾਨਾ ਲੈ ਕੇ ਛੱਡ ਦਿੱਤਾ। ਘੋੜਾ ਚੰਚਲ ਹੈ, ਅੱਡੀ ਲਾਈ ਕਲਗੀਧਰ ਮਹਾਰਾਜ ਨੇ, ਘੋੜੇ ਨੇ ਹਿਲਜੁਲ ਕੀਤੀ ਹੈ। ਇਹ ਜਿਹੜਾ ਪਹਿਲਾ ਤੀਰ ਹੈ ਇਹ ਗੁਰੂ ਪਾਤਸ਼ਾਹ ਦੇ ਵੱਲ ਨੂੰ ਵਧਿਆ ਹੈ। ਗੁਰੂ ਦੀ ਛਾਤੀ ਵੇਖਦਾ ਹੈ, ਕਦੇ ਘੋੜੇ ਵੱਲ ਤੱਕਦਾ ਹੈ। ਤੀਰ ਦਿੱਤਾ ਛੱਡ, ਘੋੜਾ ਚੰਚਲ ਕੀਤਾ ਪਾਤਸ਼ਾਹ ਨੇ, ਅੱਡੀ ਲਾਈ ਤੇ ਵਾਰ ਖਾਲੀ ਚਲਿਆ ਗਿਆ ਹਰੀ ਚੰਦ ਦਾ। ਦੰਦੀਆਂ ਉਂਗਲਾਂ ਤੇ ਵੱਡੇ ਵੀ ਇਸ ਰਾਜਪੂਤ ਦਾ ਵਾਰ ਅੱਜ ਤੱਕ ਖਾਲੀ ਨਹੀਂ ਗਿਆ। ਹੁਣ ਰੰਗ ਫਿੱਕਾ ਪੈ ਗਿਆ ਵੀ ਹੁਣ ਕਲਗੀਧਰ ਦੀ ਵਾਰੀ ਹੈ, ਯੁੱਧ ਨੀਤੀ ਅਨੁਸਾਰ ਵਾਰ ਇਹ ਕਰਨਗੇ। ਤੇ ਜਦੋਂ ਰੰਗ ਫਿੱਕਾ ਪੈ ਗਿਆ, ਗੁਰੂ ਗੋਬਿੰਦ ਦੀ ਇੱਕ ਬੁਲੰਦ ਹਸਤੀ ਦਾ ਗੁਣ ਇਹ ਵੀ ਹੈ, ਤੁਹਾਡੇ ਮਨ 'ਚ ਕੀ ਹੈ ਮੈਂ ਨਹੀਂ ਜਾਣਦਾ, ਮੇਰੇ ਅੰਦਰ ਕੀ ਹੈ ਤੁਸੀਂ ਨਹੀਂ ਜਾਣਦੇ, ਪਰ ਬਾਣੀ ਕਹਿੰਦੀ ਹੈ ਬਿਨ ਬੋਲਿਆ ਸਭ ਕੁਛ ਜਾਣਦਾ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਸਭ ਜਾਣਦੇ ਨੇ। ਕਹਿੰਦੇ, ਹਰੀ ਚੰਦਾ ਕੰਮ ਉੱਠਿਆ ਹੈ, ਚੱਲ ਅੱਗੇ, ਤੇਰਾ ਵਾਰ ਖਾਲੀ ਨਹੀਂ ਸੀ ਜਾਂਦਾ, ਜੇ ਤੇਰਾ ਭੁਲੇਖਾ ਨਿਕਲ ਗਿਆ ਵੀ ਇੱਥੇ ਐਸੇ ਸੂਰਬੀਰ ਨੇ ਜਿਹੜਾ ਤੇਰਾ ਵਾਰ ਵੀ ਜਰ ਲੈਂਦੇ ਨੇ। ਮੈਂ ਫਕੀਰ ਹਾਂ, ਫਕੀਰ ਪਹਿਲ ਨਹੀਂ ਕਰਦਾ, ਤੈਨੂੰ ਵਾਰ ਕਰਨ ਦਾ ਮੌਕਾ ਦਿੱਤਾ ਸੀ, ਜਾ। ਇਹ ਫਕੀਰ ਹਜੇ ਵੀ ਨਿਰਮਾਣਤਾ ਵਿੱਚ ਹੈ, ਇਸ ਰੂਹੇ ਜ਼ਮੀਨ 'ਤੇ ਕਿਸੇ ਵੀ ਸੂਰਬੀਰ ਨੇ ਆਪਣੇ ਸਨਮੁਖ ਖਲੋਤੇ ਵੈਰੀ ਨੂੰ ਦੂਜਾ ਵਾਰ ਕਰਨ ਦਾ ਮੌਕਾ ਪਹਿਲਾਂ ਨਹੀਂ ਦਿੱਤਾ। ਤੂੰ ਕੀ ਯਾਦ ਕਰੇਗਾ ਹਰੀ ਚੰਦਾ? ਦੂਜਾ ਵਾਰ ਵੀ ਕਲਗੀਧਰ 'ਤੇ ਕਰ ਲੈ। ਇਹ ਕੋਈ ਸੂਰਮਾ ਹੋਇਆ ਰੂਹੇ ਜ਼ਮੀਨ 'ਤੇ ਗੁਰੂ ਗੋਬਿੰਦ ਸਿੰਘ, ਦੂਜਾ ਨਹੀਂ ਪੈਦਾ ਹੋਇਆ।
ਹਰੀ ਚੰਦ ਖੇੜੇ ਵਿੱਚ ਆ ਗਿਆ, ਕਹਿੰਦਾ ਇਹ ਬਾਬਾ ਭੋਲਾ ਤੇ ਹੈ, ਸਿਆਸੀ ਪੱਖ ਤੋਂ ਵੀ ਇਹਨੂੰ ਕੋਈ ਸਮਝ ਨਹੀਂ ਹੈ, ਇਹ ਯੁੱਧ ਨੀਤੀ ਬਾਬਤ ਜਾਣਦਾ ਕੁਝ ਨਹੀਂ ਹੈ, ਅਣਜਾਣ ਹੈ। ਏਡੀ ਵੱਡੀ ਗਲਤੀ, ਮੈਦਾਨੇ ਜੰਗ ਵਿੱਚ ਦੂਜਾ ਵਾਰ ਕਰਨ ਦਾ ਮੌਕਾ ਦੁਸ਼ਮਣ ਨੂੰ। ਹਰੀ ਚੰਦ ਨੇ ਭੱਥੇ ਜੋ ਤੀਰ ਕੱਢਿਆ, ਉਹ ਅਰਬੀ ਤੇ ਫਾਰਸੀ ਦੀ ਪ੍ਰਜ਼ੋਰ ਕਲਮ ਚਲਾਉਣ ਵਾਲੇ ਕਲਗੀਧਰ ਲਿਖਦੇ ਨੇ, ਦੁਤੀਏ ਤਾਕ ਕੈ ਤੀਰ ਮੋਕੋ ਚਲਾਇੰ, ਰੱਖਿਓ ਦੈਵ ਮੈਂ ਕਾਨ ਸ਼ਵੈ ਕੇ ਸਿਧਾਇੰ। ਕਹਿੰਦੇ ਦੂਜਾ ਤੀਰ ਉਹਨੇ ਮੇਰੇ ਵੱਲ ਤੱਕ ਕੇ ਛੱਡ ਦਿੱਤਾ। ਅਕਾਲ ਪੁਰਖ ਦੀ ਐਸੀ ਕਿਰਪਾ ਹੋਈ, ਘੋੜੇ ਨੂੰ ਫਿਰ ਚੰਚਲ ਕੀਤਾ। ਜਿਹੜਾ ਤੀਰ ਛਾਤੀ ਨੂੰ ਮਸਤਕ ਨੂੰ ਵਿੰਨਣ ਲਈ ਵਧਿਆ ਸੀ, ਉਹ ਕੰਨ ਦੇ ਨਾਲ ਥੋੜਾ ਜਿਹਾ ਖਹਿ ਕੇ ਲੰਘ ਗਿਆ। ਅੱਛਾ, ਰੰਚਕ ਮਾਤਰ ਵੀ ਇਹ ਨਹੀਂ ਕਿਹਾ ਵੀ ਮੈਂ ਆਪਣੀ ਤਾਕਤ ਨਾਲ ਬਚਿਆ, ਕਹਿੰਦੇ ਮੇਰੇ ਨਿਰਗੁਣ ਸਰੂਪ ਅਕਾਲ ਪੁਰਖ ਨੇ ਰੱਖਿਆ ਮੈਨੂੰ, ਰੱਖਿਓ ਦੈਵ ਮੈਂ ਰੱਖਿਆ ਦਿੱਤੀ ਮੈਨੂੰ ਉਸ ਖੁਦਾ ਨੇ, ਕਾਨ ਸ਼ਵੈ ਕੇ ਸਿਧਾਇੰ। ਹਰੀ ਚੰਦ ਨੇ ਵੇਖਿਆ ਦੂਜਾ ਵਾਰ ਵੀ ਵਿਅਰਥ ਚਲਿਆ ਗਿਆ, ਕਹਿੰਦਾ ਮਹਾਰਾਜ ਵਾਰੀ ਤੁਹਾਡੀ ਹੈ, ਕਿਉਂ ਲੋੜ ਪਈ ਹੋਲੇ ਮਹੱਲੇ ਦੀ, ਕਿਉਂ ਸ਼ਸਤਰਧਾਰੀ ਖਾਲਸਾ ਸਾਜਣਾ ਹੈ, ਕਿਉਂਕਿ ਇਹੋ ਜਿਹੇ ਬਾਈ ਧਾਰ ਦੇ ਰਾਜੇ, ਇਹੋ ਜਿਹੇ ਔਰੰਗਜ਼ੇਬ ਵਰਗੇ ਰਾਜੇ ਹਰ ਕਦਮ ਤੇ ਕੰਡੇ ਵਿਛਾਉਂਦੇ ਸੀ ਖਾਲਸੇ ਲਈ, ਇੱਟ ਦਾ ਜਵਾਬ ਪੱਥਰ ਲਈ ਦੇਣਾ। ਇਹ ਗੁਰੂ ਪਾਤਸ਼ਾਹ ਨੇ ਖਾਲਸੇ ਦੇ ਅੰਦਰ ਸਪਿਰਿਟ ਭਰੀ ਸੀ। ਮਹਾਰਾਜ ਕਲਗੀਧਰ ਆਖਣ ਲੱਗੇ, ਜਦੋਂ ਹਰੀ ਚੰਦ ਕਹਿੰਦਾ ਵਾਰ ਤੁਸੀਂ ਕਰ ਲਓ, ਮਹਾਰਾਜ ਕਹਿੰਦੇ ਹਰੀ ਚੰਦਾ ਇਹ ਗੁਰੂ ਨਾਨਕ ਦਾ ਘਰ ਹੈ, ਅੱਜ ਤੱਕ ਕੋਈ ਸੂਰਮਾ ਐਸਾ ਨਹੀਂ ਹੋਇਆ ਜਿਹਨੇ ਦੁਸ਼ਮਣ ਨੂੰ ਲਗਾਤਾਰ ਤੀਜਾ ਵਾਰ ਕਰਨ ਦਾ ਮੌਕਾ ਦਿੱਤਾ ਹੋਵੇ। ਮੇਰੀ ਫਕੀਰੀ ਨੇ ਹਜੇ ਜਵਾਬ ਨਹੀਂ ਦਿੱਤਾ, ਮੈਂ ਹਜੇ ਵੀ ਸ਼ਾਂਤ ਰਸ ਵਿੱਚ ਹੈ, ਹਜੇ ਵੀ ਪ੍ਰੇਮ ਰਸ ਵਿੱਚ ਹੈ। ਇਹ ਠੀਕ ਹੈ, ਸਮੁੰਦਰ ਸ਼ਾਂਤ ਰਹਿੰਦਾ ਹੈ ਜ਼ਿਆਦਾਤਰ, ਨਿੱਕੇ ਮੋਟੇ ਨਦੀਆਂ ਨਾਲੇ ਆਪਣੇ ਵਰਗੇ ਗੱਲ ਗੱਲ 'ਤੇ ਉੱਛਲਦੇ ਨੇ, ਗੁਰੂ ਸ਼ਾਂਤ ਰਹਿੰਦਾ ਹੈ। ਅਤੇ ਜਿਸ ਦਿਨ ਸਮੁੰਦਰ ਉੱਛਲਦਾ ਹੈ, ਤਸਾਮੀ ਆਉਂਦੀ ਹੈ, ਫਿਰ ਖੁਰਾ ਖੋਜ ਮਿਟਾ ਦਿੰਦੀ ਹੈ, ਕਹਿੰਦੇ ਜਾ ਤੀਜਾ ਵਾਰ ਕਰ। ਹਰੀ ਚੰਦ ਨੇ ਭੱਥੇ 'ਚੋਂ ਤੀਰ ਕੱਢਿਆ, ਕਹਿੰਦਾ ਦੋ ਵਾਰ ਵਿਅਰਥ ਗਏ, ਹੁਣ ਨਹੀਂ ਛੱਡਾਂਗਾ ਇਸਨੂੰ। ਕਲਗੀਧਰ ਆਖਣ ਲੱਗੇ, ਤ੍ਰਿਤੀਏ ਬਾਣ ਮਾਰਿਓ ਸੋ ਪੇਟੀ ਮੁਝਾਰੰ, ਤ੍ਰਿਤੀਏ ਬਾਣ ਤੀਸਰਾ ਬਾਣ, ਤ੍ਰਿਤੀਏ ਬਾਣ ਮਾਰਿਓ ਸੋ ਪੇਟੀ ਮੁਝਾਰੰ, ਵਿਦਯੰ ਚਿਲ ਤੁਕੰ ਦੁਆਲ ਪਾਰੰ ਪਧਾਰੰ। ਉਹ ਤੀਜਾ ਵਾਰ ਉਸਨੇ ਪੇਟ ਦੀ ਸੇਧ ਲੈ ਕੇ ਛੱਡਿਆ ਵੀ ਜੇ ਹਵਾ ਨਾਲ ਰੰਚਕ ਮਾਤਰ ਉੱਤੇ ਥੱਲੇ ਹੋਵੇਗਾ ਜਾਂ ਛਾਤੀ 'ਚ ਵੱਜੇਗਾ ਜਾਂ ਪੇਟ 'ਚ ਵੱਜੇਗਾ ਜਾਂ ਮਸਤਕ ਵੱਲ ਨੂੰ ਜਾਵੇਗਾ। ਕਹਿੰਦੇ ਨਿਸ਼ਾਨ 'ਚ ਹੀ ਬੜਾ ਸੀ। ਮਹਾਰਾਜ ਕਹਿੰਦੇ ਤੀਰ ਆ ਕੇ ਮੇਰੇ ਪੇਟ 'ਤੇ ਲੱਗਾ ਹੈ, ਅਤੇ ਜਦੋਂ ਪੇਟ 'ਤੇ ਤੀਰ ਲੱਗਾ ਨਾ, ਪੇਟੀ ਕਮਰ ਕੱਸੇ ਨੂੰ ਕਿਹਾ, ਵਿਦਯੰਗ ਵਿੰਨ ਗਿਆ, ਚਿਲ ਤਕੰਗ ਰੇਸ਼ਮੀ ਕੱਪੜਾ ਜੋ ਕਮਰ ਕੱਸੇ ਦਾ ਵਲੇਟਿਆ ਸੀ ਉਹਨੂੰ ਵਿੰਨ ਗਿਆ। ਦੁਆਲ ਪਾਰੰਗ ਪਧਾਰੰਗ ਤੇ ਜਿਹੜੀ ਥੱਲੇ ਰੇਸ਼ਮੀ ਕੱਪੜੇ ਦੇ ਚਮੜੇ ਦੀ ਪੇਟੀ ਸੀ ਨਾ ਸ਼ਸਤਰ ਟੰਗਣ ਵਾਲੀ, ਕਹਿੰਦੇ ਉਹਨੂੰ ਵੀ ਵਿੰਨ ਗਿਆ। ਮਹਾਰਾਜ ਕੋਈ ਜ਼ਖਮ ਹੋਇਆ? ਇਹ ਖੁਦ ਖੁਦਾ ਨਾਲ ਜੰਗ ਇੱਕ ਮਾਮੂਲੀ ਇਨਸਾਨ ਲੜ ਰਿਹਾ ਹੈ, ਰੱਬ ਦੇ ਸਾਵੇਂ 10 ਲੱਖ ਵੀ ਆਵੇ ਤੇ ਤਿੱਤਰਾਂ ਵਾਂਗੂ ਉਡਾਏ ਨੇ ਉਸਨੇ ਚਮਕੌਰ ਦੀ ਗੜੀ ਵਿੱਚ। ਇਹ ਸਿੱਖ ਇਤਿਹਾਸ ਤੋਂ ਨਹੀਂ ਪੁੱਛਿਆ ਮੈਂ, ਇਹ 5 ਵਕਤ ਦੇ ਨਮਾਜ਼ੀ ਅੱਲਾ ਯਾਰ ਖਾਂ ਕੋਲੋਂ ਪੁੱਛ, ਉਹਨੇ ਕਲਮ ਚੁੱਕ ਕੇ ਲਿਖਿਆ, ਜਿਸ ਰਨ ਮੇ ਲੜਾ, ਪਰਸ਼ੀਅਨ ਵਿੱਚ ਲਿਖਦਾ, ਜਿਸ ਰਨ ਮੇ ਲੜਾ ਬੇ ਸਰੋ ਸਾਮਾਨ ਲੜਾ ਤੂੰ, 100 ਸਿੰਘ ਲੀਏ ਲੱਖੋਂ ਪੇ ਜਾ ਕੇ ਪੜਾ ਤੂੰ। ਕਹਿੰਦੇ ਉਹ ਖੁਦਾਇਆ ਹੈ, ਬੰਦਾ ਨਹੀਂ ਉਹਦੇ ਅੱਗੇ ਟਿਕ ਸਕਦਾ। ਭਾਰਤ ਵਰਸ਼ ਦਾ ਬਾਦਸ਼ਾਹ 14 ਜੰਗਾਂ ਔਰੰਗਜ਼ੇਬ ਹਾਰਦਾ ਹੀ ਤਾਂ ਹੈ ਕਿਉਂਕਿ ਟੱਕਰ ਰੱਬ ਨਾਲ ਲੈ ਬੈਠਾ ਹੈ, ਮੁੱਠੀ ਪਰ ਸਿੰਘ ਲੈ ਕੇ ਲੱਖਾਂ ਨੂੰ ਢਾ ਲੈਂਦਾ ਹੈ। ਤੀਜਾ ਵਾਰ ਲੱਗਿਆ, ਵਰਜ ਵਰਗਾ ਸਰੀਰ ਹੈ, ਢਿੱਡ ਨੂੰ ਜਾ ਕੇ ਜਦੋਂ ਛੂਹਿਆ ਕੀ ਉਹਨੇ ਚੀਰਿਆ ਹੈ ਪੇਟ ਨੂੰ। ਮਹਾਰਾਜ ਕਹਿੰਦੇ ਇੱਦਾਂ ਦਾ ਕੋਈ ਤੀਰ ਨਹੀਂ ਬਣਿਆ ਜਿਹੜਾ ਗੁਰੂ ਗੋਬਿੰਦ ਨੂੰ ਚੀਰ ਸਕੇ, ਇਹ ਤੇ ਉਹਦੀ ਮਰਜ਼ੀ ਹੈ, ਇਹ ਮੁਕਤ ਰੂਹਾਂ ਨੇ ਆਪ ਮੁਕਤ ਕਰੈ
संसार मर्जी नाल आउंदे ने, आप ही मर्जी नाल खंजर दी चोट सह के दुनिया तो चलिया जांदा है। नहीं तो कोई शस्त्र बनिया ही नहीं जिहड़ा 14 जंगां च उसनू कट सके। कलगीधर आखण लगे चोबी चिंच चरमं कछु घाए ना आयं कलंग केवलं जान दासं बचायं। इन इज ऑटोबायोग्राफी ही राइट्स बचित्र नाटक विचों लिखते ने। वो कहिंदे थोड़ी जी चुंझ ढिड नूं खुबी कलंग उस काल ने कलंग केवलंग जान दासंग बचाएंगे उस काल ने खुदा ने मैनू फिर रख लिया। जदों तीन वार व्यर्थ चले गए कहिंदे हरी चंदा हुण मैं फकीरी दा पख छड के मीरी दे पख विच आउण लगा। हुण समुंदर विच तुसामी आउण लगी है। अपने महाकाल नू याद कर, अपने महादेव इष्ट नू याद कर, उस काल नू भी याद कर लवें। अज खुद खुदा गुरु गोबिंद दी तीर दी धार नू तू रोक नहीं सकेगा। अपनी वलैती जी ढाल कढ, ये 80,000 सूरमे दी कतार दे ओले भी लुक जा। तेरे तीन वार व्यर्थ गए गुजरी दे लाल दा एक वार भी खाली नहीं जांदा। जबै बाण लाग्यो तबै रोस जाग्यो करंग लै कमाण हनंग बाण तानंग। कहिंदे फिर वीर रस विच आके पथे चो मैं तीर कढ के जदों खपरा तीर तंद ते चाड़िया है तलवार क्यों चुकी बला चारगी धर्मया आम दम। फारसी दे बोल ने बला चारगी धर्मया आम दम बा तदबीर तीरो तू फंग आम दम। चूकारस हमा हील ते दरगुजश्त हलालस्त बुरदन बा शमशीर दस्त। कहिंदे जदों प्रेम दी भाषा ना कोई समझ सके फिर तलवार दे मुठे ते हाथ पौना ही सूरमे दा कर्म है। फिर तीर कढ़िया पथे चो कहिंदे कन तक खिचिया है मैं करंग लै कमाणंग हनंग बाण तानंग। भारा जिहा कमाण लैके मैं कहिंदे कन तक खिच के छड्डिया। उन्हें वलैती दी ढाल कीती अगे जदों ढाले नूं जाके टकराया ढाले नूं चीर के हरी चंद दी खोपड़ी एदां चीर दित्ती जिदां मखण नूं छुरी चीरदी है। मिट्टी दा ढेर बन के मिट्टी विच मिला दिता हरी चंद नूं। ए गुरु गोबिंद दी बरकत है। कोई राजपूत है कोई मुगल है इस रूहे जमीन ने वह मर्द नहीं जमया जिहड़ा गुरु गोबिंद दे तीर नूं रोकण वाला पैदा होया होवे। मिट्टी विच मिला दिता 22 धारियां दा एक राजा हरी चंद हंडूरिया। भाव यह है भी गुरु गोबिंद सिंह एडे प्रेम रसी ने तीन वार दुश्मन नूं करन दित्ते भी शायद जंग टल जावे। सिख कदे भी पहल नहीं करदा। चार जंगा गुरु हरगोबिंद 14 जंगा कलगीधर कदे पहल नहीं कीती। चाहे 1984 दे विच अकाल तख्त साहिब ते अटैक होया सिंघां पहल नहीं कीती गोले बारों वरसे ने फिर अंदरों गोलियां दी बौछार कीती है खालसे नूं। इह साडा फलसफा है। वो की है बलाचारगी लाचार होके बलाचारगी धर्मया आम दम बा तदबीर तीरो तू फंग आम दम। लाचार होके सिंह गोलियां शस्त्र चलाउंदे ने। हुण महाराज ने वेख्या है प्रेम नूं निम्रता नूं नहीं समझदे ये जगह जगह दे उत्ते सानूं घेरा पा लैंदे ने। गुरु अगे टिक कोई सकदा नहीं सब ते वड समरथ गुरदेव। गुरु इज ऑल पावरफुल कोई गुरु नालों वड्डा नहीं है। समा आया होला महला होले दे अर्थ समझ लियो। होले दा मतलब है हमला। ये अरबी फारसी दे बोल ने साडे पंजाबी दे नहीं। होले दा मतलब है हमला महले दा मतलब है जाए हमला। ध्यान दियो होले दा मतलब हमला कर दिता। महले दा मतलब है एक जगह मुकरर कीती जांदी सी। दो दल साजे जांदे सी जदों जगह मुकरर हुंदी सी दो दल साजे जांदे सी। महाराज हुक्म करदे सी भी ए जिहड़ी जगह है दोवां दलां ने जतन करके मुशक्कत घाल के तलवारबाजी नेजेबाजी
ਤੀਰ ਚਲਾਉਂਦਿਆਂ ਹੋਇਆਂ ਮੱਲਣੀ ਹੈ ਔਰ ਜਿਹੜਾ ਦੋਵਾਂ ਦਲਾਂ ਚੋਂ ਦੂਜੇ ਦਲ ਨੂੰ ਸ਼ਿਕਸਤ ਦੇ ਕੇ ਜਗ੍ਹਾ ਮੱਲੇਗਾ ਉਹ ਜੰਗ ਜਿੱਤਿਆ ਉਸ ਨੂੰ ਦਰਬਾਰ ਦੇ ਵਿੱਚ ਸਿਰੋ ਪਾਉ ਦਿੱਤੇ ਜਾਣਗੇ। ਇਹ ਮਤਲਬ ਹੈ ਹੋਲੇ ਮਹੱਲੇ ਦਾ ਹਮਲਾ ਜਾਏ ਹਮਲਾ। ਮਹੱਲਾ ਕਹਿੰਦੇ ਨੇ ਮਹੱਲ ਜਿਸ ਜਗ੍ਹਾ ਨੂੰ ਫਤਿਹ ਕਰਨਾ ਹੈ। ਹੁਣ ਕਲਗੀਧਰ ਪਾਤਸ਼ਾਹ ਖਾਲਸੇ ਨੂੰ ਸ਼ਸਤਰ ਅਤੇ ਯੁੱਧ ਵਿੱਦਿਆ ਦੇ ਵਿੱਚ ਨਿਪੁੰਨ ਕਰਨ ਦੇ ਲਈ ਹੋਲੇ ਮਹੱਲੇ ਦੀ ਰੀਤ ਚਲਾਉਂਦੇ ਨੇ। ਸਮਝਾਉਂਦੇ ਨੇ ਵੀ ਇਹ ਰੰਗ ਜਿਹੜਾ ਹੋਲੀ 'ਤੇ ਵਰਸਦਾ ਹੈ ਇਹ ਪੱਕਾ ਨਹੀਂ, ਖੁਦਾ ਦੇ ਦੀਨ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਓ, ਲਹੂ ਦੇ ਰੰਗ ਵਿੱਚ ਰੰਗੇ ਜਾਓ, ਨਿਜ਼ਾਤ ਹਾਸਲ ਕਰੋ, ਮੁਕਤੀ ਹਾਸਲ ਕਰੋ ਔਰ ਇਸ ਰੂਹੇ ਜ਼ਮੀਨ 'ਤੇ ਸਦਾ ਇਹਨਾਂ ਸ਼ਹੀਦਾਂ ਦੀ ਜੈ ਜੈਕਾਰ ਰਹੇਗੀ। ਜੈਕਾਰ ਕੀ ਉਹ ਧਰਮੀਓ ਕਾ ਪਾਪੀ ਕਹੋ ਡੰਡ ਦੀ ਉਰੇ, ਕਿਉਂਕਿ ਦੀਨ ਦੀ ਖਾਤਰ ਜੂਝਣ ਵਾਲਾ ਸ਼ਹੀਦ ਹੁੰਦਾ ਹੈ। ਕਹਿੰਦੇ ਇਹ ਖੇਡਾਂ ਛੱਡੋ, ਇਹਦੇ ਵਿੱਚ ਕੀ ਰੱਖਿਆ ਹੈ, ਖੂਨ ਦੀਆਂ ਖੇਡਾਂ ਖੇਡੋ ਜੇ ਨਿਜ਼ਾਤ ਹਾਸਲ ਕਰਨੀ ਹੈ, ਜੇ ਮੁਕਤੀ ਚਾਹੁੰਦੇ ਹੋ 700 ਸਾਲ ਪੁਰਾਣੀ ਗੁਲਾਮੀ ਤੋਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਚੇਤ ਵਧੀ ਇੱਕ ਨੂੰ ਇਸ ਰੂਹੇ ਜ਼ਮੀਨ 'ਤੇ ਹੋਲੇ ਮਹੱਲੇ ਦੀ ਪ੍ਰਥਾ ਦਾ ਆਗਾਜ਼ ਕੀਤਾ। ਹੋਲਗੜ੍ਹ ਕਿਲ੍ਹਾ ਉੱਥੇ ਦੀਵਾਨ ਸੱਜਿਆ ਹੈ, 1757 ਬਿਕਰਮੀ ਹੈ। ਜਦੋਂ ਇਹ ਦਿਨ ਆਉਣ ਵਾਲਾ ਸੀ ਨਾ, ਜਦੋਂ ਮਹਾਰਾਜ ਦੀਨ ਦੁਨੀਆ ਦੇ ਮਾਲਕ ਨੇ ਵੇਖਿਆ ਮਾਘ ਬੀਤ ਰਿਹਾ ਹੈ, ਹੁਣ ਫੱਗਣ ਦਾ ਆਗਾਜ਼ ਹੋਵੇਗਾ, ਦੀਨ ਦੁਨੀਆ ਦੇ ਮਾਲਕ ਦਾ ਸੇਵਕ ਸੀ ਇੱਕ ਦੀਵਾਨ ਨੰਦ ਚੰਦ, ਚੇਤ ਚੜ੍ਹਨ ਵਾਲਾ ਸੀ। ਮਹਾਰਾਜ ਨੇ ਦੀਵਾਨ ਨੰਦ ਚੰਦ ਨੂੰ ਇੱਕ ਹੁਕਮ ਕੀਤਾ, ਖਜ਼ਾਨਚੀ ਮਤੀ ਰਾਮ ਨੂੰ ਹੁਕਮ ਕੀਤਾ, ਉਹ ਹੁਕਮ ਕੀ ਹੈ ਧਿਆਨ ਦੇ, ਗੁਲਾਲ ਤਿਆਰ ਕੀਤਾ ਜਾਵੇ ਤੇ ਗੁਲਾਲ ਤਿਆਰ ਕਰਨ ਦੇ ਲਈ ਗੁਲਾਬ ਵਰਤਣੇ ਨੇ, ਕਸਤੂਰੀ ਵਰਤਣੀ ਹੈ, ਕੇਸਰ ਵਰਤਣਾ ਹੈ, ਐਸੇ ਖੁਸ਼ਬੂਦਾਰ ਪਦਾਰਥ ਵਰਤਣੇ ਨੇ, ਪਿਚਕਾਰੀਆਂ ਤਿਆਰ ਕਰੋ। ਇਹਦੀ ਗਵਾਹੀ ਨੰਦ ਲਾਲ ਜੀ ਨੇ ਦਿੱਤੀ ਹੈ। ਕਹਿੰਦੇ ਇਸ ਦਰਿਆਵੀ ਰੰਗ ਤੋਂ ਫਿਰ ਲਹੂ ਦੇ ਰੰਗ ਵੱਲ ਬਾਪੂ ਤੋਰੇਗਾ। ਕਈਆਂ ਨੂੰ ਬੜੀ ਤੰਗੀ ਹੁੰਦੀ, ਬੜਾ ਪੂਛ ਨੂੰ ਵੱਟ ਦਿੰਦੇ ਕਿਸੇ ਦੇ ਰੰਗ ਲੱਗ ਜੇ ਨਾ, ਉਹ ਇਹ ਤੇ ਬ੍ਰਾਹਮਣ ਵਾਦ ਹੈ, ਇਹ ਬ੍ਰਾਹਮਣ ਫੋਬੀਆ ਹੋ ਗਿਆ ਲੋਕਾਂ ਨੂੰ, ਹੱਦ ਹੋਈ ਪਈ ਹੈ। ਰੰਗ ਵੀ ਕਿਸੇ ਧਰਮ ਦੇ ਨੇ, ਸ਼ਸਤਰ ਵੀ ਕਿਸੇ ਧਰਮ ਦੇ ਨੇ, ਇਹ ਨੈਚੁਰਲ ਰਿਸੋਰਸਿਸ ਨੇ। ਸਾਰੀ ਦੁਨੀਆ ਦਾ ਸੂਰਜ ਹੈ, ਚੰਦ ਹੈ, ਤਾਰੇ ਨੇ, ਇਹ ਰੰਗ ਸਾਰੀ ਦੁਨੀਆ ਬਖੇਰ ਸਕਦੀ ਹੈ। ਹੈਰਾਨੀ ਹੈ ਇਸ ਗੱਲ ਦੀ ਵੀ ਇਹਨਾਂ ਨੂੰ ਜਿੱਥੇ ਵੇਖੋ ਬ੍ਰਾਹਮਣ ਦਿਖਦਾ ਹੈ, ਤੇ ਜੇ ਏਡੀ ਤੰਗੀ ਹੈ ਬ੍ਰਾਹਮਣਾ ਇਹ ਰੰਗ ਵਰਤਿਆ, ਤੁਸੀਂ ਵਰਤਿਆ ਬ੍ਰਾਹਮਣ ਬਣ ਚੱਲੇ ਹੋ, ਤੇ ਨਾਸਾਂ ਥਾਣੀ ਸਾਹ ਲੈਂਦੇ, ਤੁਸੀਂ ਹੋਰ ਰਾਹ ਲੱਭ ਲਓ, ਕਿਉਂਕਿ ਪੁਰਾਣਾ ਧਰਮ ਹੈ। ਜੇ ਤਲਵਾਰ ਹੈ ਉਹ ਦੁਰਗਾ ਨੇ ਵਰਤੀ ਹੈ, ਜੇ ਗੁਰਜ ਹੈ ਉਹ ਹਨੂੰਮਾਨ ਨੇ ਵਰਤਿਆ ਹੈ, ਉਹੀ ਗੁਰਜ ਕਲਗੀਧਰ ਬਾਪੂ ਦੇ ਪਾਕ ਹਸਤ ਕਮਲ ਚੁੱਕ ਕੇ ਨਾਹਰ ਖਾਂ ਵਰਗੇ ਨੂੰ ਮਿੱਟੀ 'ਚ ਮਿਲਾਓ। ਇਹ ਕਿਤੇ ਤਿਉਹਾਰ ਧਰਮਾਂ ਦੇ ਵੰਡੇ ਹੁੰਦੇ ਨੇ, ਇਹ ਤੁਹਾਨੂੰ ਗੁੰਮਰਾਹ ਕੀਤਾ ਜਾਂਦਾ ਹੈ। ਠੀਕ ਹੈ ਸਿੱਖਾਂ ਦਾ ਹੋਲੀ ਨਾਲ ਸੰਬੰਧ ਨਹੀਂ, ਪਰ ਰੰਗ ਕਿਸੇ ਧਰਮ ਦੇ ਖਰੀਦੇ ਨਹੀਂ ਹੁੰਦੇ। ਮਹਾਰਾਜ ਨੇ ਸਮਝਾਉਣਾ ਹੈ ਇਹ ਗੁਲਾਲ ਬਖੇਰ ਲਵੋ, ਖੁਸ਼ੀ ਮਨਾ ਲਵੋ, ਪਰ ਇਸ ਗੁਲਾਲ ਤੋਂ ਲਹੂ ਦੇ ਰੰਗ ਵੱਲ ਵੱਧ ਕੇ ਹੀ ਨਿਜ਼ਾਤ ਹਾਸਲ ਹੋ ਸਕਦੀ ਹੈ। ਜੇ ਖੇਡਾਂ ਜੋਗੇ ਹੀ ਪੈ ਗਏ, 700 ਵਰ੍ਹਾ ਪਹਿਲਾਂ ਵੀ ਤਲਵਾਰ ਛੱਡ ਕੇ ਖੇਡਾਂ ਹੀ ਖੇਡਦਾ ਰਿਹਾ ਭਾਰਤ, ਤਾਂ ਹੀ ਗੁਲਾਮ ਹੋਇਆ ਹੈ। ਖੇਡਣਾ ਹੈ ਤੇ ਤਲਵਾਰਾਂ ਨਾਲ ਖੇਡਾਂਗੇ, ਇਸ ਗੱਲ ਨੂੰ ਸਮਝਿਓ। ਭਾਈ ਨੰਦ ਲਾਲ ਕਹਿੰਦੇ ਹੁਕਮ ਹੋਇਆ, ਗੁਲਾਲ ਤਿਆਰ ਹੋਏ, ਪਿਚਕਾਰੀਆਂ ਰੰਗ ਤਿਆਰ ਕੀਤੇ ਗਏ, ਸੰਗਤਾਂ ਨੂੰ ਹੁਕਮਨਾਮੇ ਭੇਜੇ ਗਏ, ਦੀਨ ਦੁਨੀਆ ਦੇ ਮਾਲਕ ਦੇ ਹੁਕਮ ਵਿੱਚ ਬੱਝੀਆਂ ਸੰਗਤਾਂ ਚੱਲੀਆਂ ਨੇ। ਕਿਲ੍ਹਾ ਹੋਲਗੜ੍ਹ ਦੀਵਾਨ ਸੱਜਣਾ ਹੈ, ਉੱਥੇ ਇੱਕ ਉੱਚੇ ਉੱਚਿਓ ਉੱਚੇ ਚੌਂਤਰੇ ਦੇ ਉੱਤੇ ਮਹਾਰਾਜ ਸੱਜੇ ਹੋਏ ਨੇ, ਚਿੱਟੀਆਂ ਚਾਨਣੀਆਂ ਲੱਗੀਆਂ ਨੇ, ਦੀਵਾਨ ਸੱਜਿਆ ਹੋਇਆ ਹੈ, ਸੰਗਤਾਂ ਪਹੁੰਚ ਗਈਆਂ ਨੇ। ਉੱਥੇ ਪਹਿਲਾਂ ਜਿਵੇਂ ਅੱਜ ਕੀਰਤਨੀਆਂ ਨੇ ਸ਼ਬਦ ਪੜ੍ਹੇ ਨਾ, ਇਹ ਸ਼ਬਦ ਪੜ੍ਹਿਆ ਗਿਆ ਗੁਰ ਸੇਵੋ ਕਰ ਨਮਸਕਾਰ, ਆਜ ਹਮਾਰੇ ਮੰਗਲ ਚਾਰ, ਆਜ ਹਮਾਰੇ ਮਹਾ ਆਨੰਦ, ਚਿੰਤ ਲਥੀ ਭੇਟੇ ਗੋਬਿੰਦ, ਆਜ ਹਮਾਰੇ ਗ੍ਰਹਿ ਬਸੰਤ, ਗੁਣ ਗਾਏ ਪ੍ਰਭ ਤੁਮ ਬੇਅੰਤ,
अगे कीर्तनिया ने पढ़िया आवाज हमारे बने फाग, प्रभ संगी मिल खेलन लाग। होली कीनी संत सेव, होली कीनी संत सेव, रंग लागा अत लाल देव। ये शब्द पढ़िया गया, भाई नंद लाल ने गजल भी पढ़ी। उथे होया की है, भाई नंद लाल कहिंदे गुरु गोबिंद सिंह साहिब सच्चे पातशाह दी पहला असी पूजा कीती गुलाल दे नाल। ये भी कईयां नूं बड़ी तंगी लै, वो पंडित मूर्ति दी पूजा करी जांदा, तुसी गुरु दी करी जाओ। कदे गुरु ग्रंथ साहिब नूं पढ़ो, दे हर अंग ते लिखिया है खुदा दी पूजा करनी अलाउड है। ते खुदा कौन है? जोत रूप हर आप गुरु नानक कहा उदय सुप्रीम लॉर्ड। वो जेड़ा प्रिवेडिंग लॉर्ड है, जोत बन के समाया होया। ये हिमसेल्फ इज कॉल्ड गुरु नानक, गुरु नानक बन के आया है। असी पत्थरां नूं कोई फुल नहीं चढ़ाउंदे, असी जड़ दी पूजा नहीं करदे, असी जिस गुरु दी पूजा करदे खुदा दा रूप है। ते बाणी ने हुक्म कीता, सिखा तू पुजारी बण उसदा, जिन नानक सतगुर पूजिया तिन हर पूज करावा। ते जेड़ा गुरु नानक गुरु गोबिंद दी पूजा करेगा, दुनिया ओदी पूजा करेगी। इत्थे ही बस नहीं, कहिंदे पुजारी बन जा, ठाकुर का सेवक सदा पुजारी। पुजारी बन के रह, मूर्तां दा नहीं, गुरु गोबिंद सिंह दा, गुरु नानक दा, खुदा दा। गुरु परमेश्वर दोवें ही एक ने, गुरु परमेश्वर एक ने। बाणी ने हर अंग ते कहा है गुर पार ब्रह्म परमेश्वर आप। महाराज कहिंदे आठ पहर नानक गुर जाप, गुरु ही परमेश्वर है। भाई नंद लाल कहिंदे ने दीन दुनिया दे मालक गुरु गोबिंद सिंह पातशाह, पहला पंजा प्यारिया ने ओ कस्तूरी केसर गुलाब तो बनिया आटा, रंगीन लाल रंग दा ओ आटा बापू दे मस्तक वल लाया। ते फिर महाराज ने भाई नंद लाल कहिंदे मेरी पोशाक भी रंगीन कर दिती, मैनू रंग लाया। कैसा माहौल होवेगा इस रूहे जमीन ते, खुद खुदा आप प्रगट होवेगा, जो अज शब्द स्वरूप गुरु ग्रंथ साहिब विच है। भाई नंद लाल कहिंदे फिर पंजा प्यारियां तो बाद बापू ने साडे रंग लाया, असी पातशाह दे रंग लाया। फिर ऐसा गुलाल बरसिया, ऐसिया पिचकारियां कुमकुमे चले, इउं जापिया जिवें गुरु गोबिंद दे जामे दे नाल नाल उस खुदा दा जामा असमान भी रंगीन हो गया होवे। ये पता कौन कह रहा? सामने बैठा भाई नंद लाल अपनी गजल दे विच। उत्थों महाराज चले ने फिर गुरु तेग बहादुर साहिब जी दे पाक देरे ते गए ने। इदां ये महला चलिया है। मैं वो गजल पढ़ के फतेह बुलावा, एक गजल पूरी, सत शेर भाई नंद लाल ने लिखे ने, गोले होली परशियन विच फारसी विच लिखते ने। हुण जिहड़ा तर्क करता है उन्हूं बेचारे नूं पंजाबी अपनी मदर टंग वो भी तो पढ़नी चंगी तरह नहीं आउंदी। जे ते बाणी दा ज्ञान होवे, होवेगा तां बाणी दे विच ते अरबी फारसी संस्कृत ब्रिज भाषा पंजाबी हिंदी गुरमुखी सब कुछ है। ਉਹ ਮੇਰੇ ਵਰਗੇ ਨੂੰ ਆਉਂਦੀ ਪੰਜਾਬੀ ਨਹੀਂ ਅਤੇ ਕਹਿੰਦਾ ਨਾ ਜੀ ਹੋਲਾ ਮਹੱਲਾ ਇੱਦਾਂ ਹੀ ਨਿਹੰਗਾਂ ਸਿੰਘਾਂ ਹੀ ਪ੍ਰਥਾ ਚਲਾ ਲਈ। ਗੁਰੂ ਨੇ ਕਿੱਥੇ ਸ਼ੁਰੂ ਕੀਤਾ? ਜੇ ਪਰਸ਼ੀਅਨ ਆਉਂਦੀ ਹੁੰਦੀ ਅਤੇ ਭਾਈ ਨੰਦ ਲਾਲ ਨੂੰ ਪੜ੍ਹਦਾ ਅਤੇ ਉਸਨੂੰ ਪਤਾ ਲੱਗ ਜਾਂਦਾ ਵੀ ਇਹ 1757 ਇੱਕ ਚੇਤ ਨੂੰ ਖੁਦ ਖੁਦਾ ਗੁਰੂ ਗੋਬਿੰਦ ਨੇ ਸ਼ੁਰੂ ਕੀਤਾ, ਇਹ ਨਿਹੰਗਾਂ ਸਿੰਘਾਂ ਨੇ ਆਪਣੇ ਕੋਲੋਂ ਨਹੀਂ ਪ੍ਰਥਾ ਬਣਾਈ। ਜ਼ਰੂਰੀ ਸੀ ਮਾਲਾ ਤੋਂ ਸ਼ਸਤਰ ਤੱਕ ਪਹੁੰਚਣਾ, ਮਹੱਲੇ ਖੇਡਣੇ, ਗੁਲੇ ਹੋਲੀ ਬਾਬਾ ਗੇ, गुले होली बाबा गे दहर भू करत, गुले होली बाबा गे दहर भू करत, लबे चू गुन चेहरा फरखंदे खून करत। भाई नंद लाल परशियन विच लिखते ने गुले, गुले दा मतलब है खिड़े हुए फुल, होली होली दे फुल, भाव ये बसंत रुत विच जेड़े फुल खिड़े ने वो अज भी कहिंदे खिड़े हुए सन, चाहे होलियां उतर आईयां, वो खिड़े हुए फुल्लां ने। बागे दा मतलब है बाग, ये दुनिया रूपी दहर जगत नूं कहा, दुनिया नूं कहा, इस दुनिया रूपी बाग नूं इन्हां फुल्लां ने महक वाले कर दिता है।
ਮਹਿਕਾਂ ਫੈਲੀਆਂ ਹੋਈਆਂ ਸਨ ਆਨੰਦਾਂ ਦੀ ਪੁਰੀ ਵਿੱਚ। ਅੱਗੇ ਉਹ ਮਹਾਂਪੁਰਸ਼ ਕਹਿੰਦੇ ਲਬੇ ਚੂੰ ਗੁਣ ਚਿਹਰਾ ਫੁਰਖੰਦੇ ਕਰ। ਭਾਈ ਨੰਦ ਲਾਲ ਕਹਿੰਦੇ ਫਿਰ ਹੋਇਆ ਕੀ, ਜਦੋਂ ਇਸ ਅਸਮਾਨ ਵੱਲ ਵੇਖਿਆ ਰੰਗੀਨ ਸੀ ਜਦੋਂ ਗੁਰੂ ਗੋਬਿੰਦ ਦੇ ਕੋਮਲ ਜਏ ਕਲੀ ਵਰਗੇ ਹੋਠਾਂ ਵੱਲ। ਲਬੇ ਦਾ ਮਤਲਬ ਹੈ ਬੁੱਲ। ਗੁਰੂ ਗੋਬਿੰਦ ਸਿੰਘ ਦੇ ਹੋਠਾਂ ਵੱਲ ਵੇਖਿਆ। ਚੂੰ ਦਾ ਮਤਲਬ ਹੈ ਉਹਦੇ ਵਰਗਾ। ਗੁੰਚੇ ਦਾ ਮਤਲਬ ਉਹ ਕਲੀ ਜਿਹੜੀ ਖਿੜੀ ਨਹੀਂ ਹੁੰਦੀ। ਕਹਿੰਦੇ ਪਹਿਲਾਂ ਤੇ ਉਹਦੇ ਪਾਕ ਬੁੱਲ ਹੋਂਠ ਜਿਹੜੇ ਬੰਦ ਨੇ। ਜਦੋਂ ਦੀਵਾਨ ਸੱਜਿਆ ਅਸਮਾਨ ਲਾਲ ਜਿਹਾ ਹੋਇਆ ਪਿਆ ਹੈ ਪ੍ਰੇਮ ਰਸ ਵਿੱਚ। ਬਾਪੂ ਮੁਸਕੁਰਾਇਆ ਤੇ ਉਹਦੇ ਹੋਂਠ ਵੀ ਇਤਨੇ ਸੁੰਦਰ ਨੇ, ਇਉਂ ਲੱਗਦਾ ਹੈ ਆਬੇ ਹਯਾਤ ਦਾ ਸੂਮਾ ਖਿੜਖਿੜਾ ਕੇ ਹੱਸ ਰਿਹਾ ਹੋਵੇ। ਕਹਿੰਦੇ ਉਹ ਮੁਸਕੁਰਾਇਆ। ਗੁਲਾਬੋ ਅੰਬਰੋ ਮੁਸ਼ਕੋ ਅਬੀਰੋ। ਉਹ ਗੁਲਾਲ ਕਾਹਦਾ ਤਿਆਰ ਕੀਤਾ ਗਿਆ? ਗੁਲਾਬੋ ਅੰਬਰੋ ਮੁਸ਼ਕੋ ਅਬੀਰੋ ਚੂੰ ਬਾਰਾਂ ਬਾਰ ਛੇ ਅਜ਼ਰੂ ਵਸੂ ਕਰਦ। ਕਹਿੰਦੇ ਗੁਲਾਲ ਤਿਆਰ ਹੋਇਆ। ਗੁਲਾਬੋ ਗੁਲਾਬ ਨੂੰ ਕਹਿੰਦੇ ਨੇ। ਅੰਬਰ ਇੱਕ ਪ੍ਰਕਾਰ ਦਾ ਇਤਰ ਹੁੰਦਾ, ਸੈਂਟ ਹੁੰਦਾ, ਪਰਫਿਊਮ। ਮੁਸ਼ਕੋ ਕਸਤੂਰੀ ਨੂੰ ਕਿਹਾ ਜਾਂਦਾ ਹੈ। ਅਬੀਰ ਜਿਹੜਾ ਲਫ਼ਜ਼ ਹੈ ਨਾ, ਅਬੀਰ ਦਾ ਮਤਲਬ ਹੁੰਦਾ ਕਸਤੂਰੀ, ਗੁਲਾਬ, ਕੇਸਰ, ਚੰਦਨ, ਸੰਧਲ ਦੀ ਮਿਲਾਵਟ ਤੋਂ ਇੱਕ ਆਟਾ ਜਿਹਾ ਤਿਆਰ ਕਰਨਾ। ਆ ਗੰਦਾ ਮੰਦਾ ਰੰਗ ਨਹੀਂ ਸੀ ਪਾਉਂਦੇ ਵੀ ਲੋਕਾਂ ਦੇ ਧੱਕੇ ਨਾਲ, ਗੈਰ ਇਸਤਰੀਆਂ ਦੇ, ਗੈਰ ਮਰਦਾਂ ਦੇ ਸ਼ਰਾਰਤ ਨਾਲ ਪਾਓ। ਜੇ ਕੋਈ ਟਰੈਕਟਰ ਚਲਾਉਂਦਾ ਤੇ ਅੱਖਾਂ 'ਚ ਪਾ ਦਿਓ ਉਹਦਾ ਟਰੈਕਟਰ, ਮੂਧਾ ਗੱਡੀ ਚਲਾਉਂਦਾ ਤੇ ਸ਼ੀਸ਼ਾ ਲੱਥਾ ਅੱਖਾਂ 'ਚ ਪਾ ਦਿਓ। ਨਹੀਂ, ਇਹ ਪ੍ਰਥਾ ਨਹੀਂ ਹੈ। ਖੁਸ਼ਬੂਦਾਰ ਰੰਗ ਤਿਆਰ ਕਰਕੇ ਰੰਚਕ ਮਾਤਰ ਲਾਇਆ ਗਿਆ। ਇੱਛਾ ਸੀ ਸਿੱਖਾਂ ਦੀ, ਕੀਤਾ ਗਿਆ। ਕਹਿੰਦੇ ਉਹ ਜਿਹੜਾ ਅਬੀਰ ਹੈ ਨਾ, ਉਹ ਤਿਆਰ ਹੋਇਆ। ਕਲਗੀਧਰ ਪਾਤਸ਼ਾਹ ਦੇ ਪੰਜਾਂ ਪਿਆਰਿਆਂ ਲਾਇਆ, ਮਹਾਰਾਜ ਨੇ ਸਿੰਘਾਂ ਦੇ ਲਾਇਆ। ਫਿਰ ਉਹ ਮਹਾਂਪੁਰਸ਼ ਲਫ਼ਜ਼ ਵਰਤਦੇ ਨੇ, ਚੂ ਬਾਰਾਂ ਬਾਰ ਛੇ ਅਜ਼ ਸੂ ਬੂ ਸੂ ਕਰਦ। ਕਹਿੰਦੇ ਕਲਗੀਧਰ ਮਹਾਰਾਜ ਨੇ ਰੰਗ ਉਹ ਅਬੀਰ ਏਦਾਂ ਬਖੇਰਿਆ, ਇਉਂ ਅਸਮਾਨ ਲਾਲ ਹੋਇਆ ਜਿਵੇਂ ਵਰਖਾ ਹੋਵੇ ਤੇ ਹਰ ਸਰੇ ਵਿੱਚ ਬੂੰਦਾ ਬੂੰਦੀ ਨਾਲ ਹਰਿਆਲੀ ਆਉਂਦੀ ਹੈ। ਗੁਰੂ ਗੋਬਿੰਦ ਸਿੰਘ ਨੇ ਮੀਂਹ ਵਾਂਗੂ, ਬਾਰਿਸ਼ ਵਾਂਗੂ, ਉਹ ਜਿਹੜਾ ਅਬੀਰ ਸੀ, ਉਹ ਜਿਹੜਾ ਰੰਗ ਸੀ, ਸੂਬ ਸੂ ਦਿਸ਼ਾ ਬਦਿਸ਼ਾ ਸਿੰਘਾਂ ਦੇ ਉੱਤੇ ਪਾਇਆ ਹੈ। ਅੱਗੇ ਮਹਾਂਪੁਰਸ਼ ਗਜ਼ਲ ਦੀ ਤੀਸਰੀ ਨਜ਼ਮ ਵਿੱਚ ਸ਼ੇਰ ਵਿੱਚ ਕਹਿੰਦੇ ਨੇ, ਜ਼ਾਹੇ ਪਿਚਕਾਰੀਏ ਪੁਰ ਜ਼ਾਫਰਾਨੀ, ਜ਼ਾਹੇ ਪਿਚਕਾਰੀਏ ਪੁਰ ਜ਼ਾਫਰਾਨੀ ਕੇ ਹਰ ਬੇਰੰਗ ਰਾ ਖੁਸ਼ ਰੰਗੋ ਬੂ ਕਰਦ। ਕਹਿੰਦੇ ਬਸ, ਜ਼ਾਹੇ ਦਾ ਮਤਲਬ ਹੈ ਵਾਹ, ਅਸਚਰਜ, ਹੈਰਾਨੀ ਵਾਲੀ ਬਾਤ। ਪਿਚਕਾਰੀਏ ਉਹ ਇੱਕ ਹੁੰਦੀ ਨਾ ਬਾਂਸ ਦੀ, ਧਾਤ ਦੀ ਨਲਕੀ ਦੀ, ਜਿਹਦੇ 'ਚ ਰੰਗ ਪਾ ਕੇ ਚਲਾਉਂਦੇ ਨੇ। ਕਹਿੰਦੇ ਹੈ ਗੁਰੂ ਗੋਬਿੰਦ ਸਿੰਘ, ਰੰਗ ਨਾਲ ਭਰੀ ਹੋਈ ਪਿਚਕਾਰੀ ਜਿਹੜੀ ਤੇਰੇ ਹੱਥ ਵਿੱਚ ਹੈ, ਉਸਦਾ ਕਿਆ ਕਹਿਣਾ ਹੈ। ਅੱਗੇ ਮਹਾਂਪੁਰਸ਼ ਆਖਣ ਲੱਗੇ, ਭਾਈ ਨੰਦ ਲਾਲ ਜੀ ਉਹ ਸਤਪੁਰਸ਼, ਕਹਿੰਦੇ ਜਦੇ ਬਾਪੂ ਨੇ ਉਹ ਚਲਾਈ ਹੈ ਨਾ ਪਿਚਕਾਰੀ, ਚਲਾਉਣੀ ਕੀਤੀ ਹੈ ਕਿ ਹਰ ਬੇਰੰਗ, ਹਰ ਬੇਰੰਗ ਰਾ ਖੁਸ਼ ਰੰਗੋ ਬੂ ਕਰਦ। ਜਿਹੜੇ ਬੇਰੰਗ ਜੇ ਬੈਠੇ ਸੀ ਵੀ ਡਿਪਰੈਸ਼ਨ ਵਿੱਚ, ਚਿੰਤਾਵਾਂ ਵਿੱਚ, ਗੁਲਾਮੀ ਦੇ ਸੰਗਲਾਂ ਕਾਰਨ, ਇੱਥੇ ਖੁਸ਼ੀ ਮੁਗਲੀਆ ਰਾਜ ਤੋਂ ਪਹਿਲਾਂ ਹੀ ਮਨਾਈ ਗਈ ਹੈ। ਉਹਦੇ ਬਾਅਦ ਹੋਲੀ ਵੀ ਨਹੀਂ ਕਿਸੇ ਨੂੰ ਮਨਾਉਣ ਦਿੱਤੀ। ਕਾਰਨ ਇਹ ਨਹੀਂ ਸੀ ਵੀ ਸਾਡਾ ਰੰਗ ਨਾ ਕੋਈ ਸਮਝੌਤਾ ਹੈ ਜਾਂ ਸਾਨੂੰ ਰੰਗ ਮਲਣ ਦੀ ਲੋੜ ਹੈ। ਕਾਰਨ ਇਹ ਸੀ ਵੀ ਤੁਸੀਂ ਕਹਿੰਦੇ ਹੋ ਭਾਰਤ ਵਰਸ਼ ਵਿੱਚ ਖੁਸ਼ੀਆਂ ਨਹੀਂ ਰਹੀਆਂ, ਵੇਖੋ ਨੰਦਾਂ ਦੀ ਪੁਰੀ 'ਤੇ ਕਿੱਦਾਂ ਰੰਗ ਵਰਸਦਾ ਹੈ। ਰੰਗੀਨੀਆਂ ਅੱਜ ਵੀ ਕਾਇਮ ਨੇ, ਦੇਸ਼ ਗੁਲਾਮ ਹੈ, ਖਾਲਸਾ ਖਾਲਸ ਹੈ, ਇਹ ਕਿਸੇ ਦਾ ਗੁਲਾਮ ਨਹੀਂ। ਇਹ ਔਰੰਗਜ਼ੇਬ ਨੂੰ ਦਿਖਾਇਆ ਜਾਵੇਗਾ। ਓਏ, ਹੋ ਸਕਦਾ ਹੈ ਭਾਰਤ ਦੀ ਰੂਹੇ ਜ਼ਮੀਨ 'ਤੇ ਤੇਰਾ ਹੁਕਮ ਲਾਗੂ ਹੋਵੇ ਵੀ ਕੋਈ ਕਲਗੀ ਨਹੀਂ ਲਾਉਂਦਾ, ਕੋਈ ਘੋੜੇ ਨਾ ਚੜ੍ਹੇ, ਕੋਈ ਨਗਾਰਾ ਨਾ ਵਜਾਵੇ, ਕੋਈ ਤਖ਼ਤ 'ਤੇ ਨਾ ਬੈਠੇ, ਕੋਈ ਦਸਤਾਰ ਨਾ ਝੁਲਾਵੇ।
ਪਰ ਆਨੰਦਾਂ ਦੀ ਪੂਰੀ ਭਾਰਤ ਵਰਸ਼ ਦੀ ਜ਼ਮੀਨ ਤੇ ਇੱਕ ਐਸਾ ਟੁਕੜਾ ਏ ਜਿੱਥੇ ਔਰੰਗਜ਼ੇਬ ਦੀ ਕਲਗੀ ਨਾਲੋਂ ਮਹਿੰਗੀ ਕਲਗੀ ਕਲਗੀ ਧਰ ਨੇ ਹੀਰੇ ਜੜਤ ਲਾਈ ਵੀ ਗੁਰੂ ਗੋਬਿੰਦ ਸਿੰਘ ਕਿਸੇ ਦਾ ਗੁਲਾਮ ਨਹੀਂ ਉਹਦਾ ਘੋੜਾ ਵੀ ਅਰਬੀ ਘੋੜਾ ਵੀ ਔਰੰਗੇ ਨਾਲੋਂ ਚੰਗਾ ਉਹਦਾ ਪੋਸ਼ਾਕਾ ਵੀ ਮਖਮਲੀ ਉਹਦਾ ਨਗਾਰਾ ਕੋਈ ਆਮ ਨਹੀਂ ਜੇ ਵੱਜਿਆ ਤੇ ਨਾਮ ਸੀ ਰਣਜੀਤ ਨਗਾਰਾ ਉਹ ਕਹਿੰਦਾ ਮੈਂ ਤੇ ਕੀ ਮੇਰੇ ਸਿੰਘ ਵੀ ਘੋੜਿਆਂ ਤੇ ਚੜਨਗੇ ਦਸਤਾਰੇ ਤੂੰ ਇੱਕ ਬਾਦਸ਼ਾਹ ਹੈ ਜੋ ਕਲਗੀ ਲਾਉਣਾ ਹੈ ਦਸਤਾਰ ਬੰਨਦਾ ਹੈ ਪਗੜੀ ਧਾਰਨਾ ਹੈ ਮੇਰਾ ਕੱਲਾ ਕੱਲਾ ਸਿੰਘ 1699 ਦੀ ਵਿਸਾਖੀ ਤੋਂ ਬਾਅਦ ਖੰਡੇ ਦੀ ਪੌੜ ਛੱਕ ਕੇ ਉੱਚੇ ਦੁਮਾਲੇ ਸਜਾ ਕੇ ਇਉਂ ਪ੍ਰਤੀਕ ਹੋਵੇਗਾ ਜਿਵੇਂ ਕੱਲਾ ਕੱਲਾ ਹੀ ਇੱਥੇ ਬਾਦਸ਼ਾਹ ਬਣਿਆ ਬੈਠਾ ਹੈ ਇਹ ਤਾਜ ਹੈ ਸਾਬਤ ਸੂਰਤ ਦਸਤਾਰ ਸਿਰਾ ਕੱਲਾ ਕੱਲਾ ਰਾਜਾ ਬਣਾ ਦਿੱਤਾ ਇਹ ਨੰਦਾਂ ਦੀ ਪੁਰੀ 'ਚ ਇਸ ਟੁਕੜੇ 'ਤੇ ਉਹ ਹੁਕਮ ਲਾਗੂ ਨਹੀਂ ਹੋਇਆ ਜੇ ਹੋ ਜਾਂਦਾ ਤਾਂ ਸ਼ਾਇਦ ਅੱਜ ਕੋਈ ਦਸਤਾਰ ਕੋਈ ਮੰਦਰ ਕੋਈ ਗੁਰਦੁਆਰਾ ਨਾ ਦਿਖਦਾ ਬੁੱਲੇ ਸ਼ਾਹ ਕਹਿ ਰਿਹਾ ਹੈ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ ਹੈ ਗੁਰੂ ਬਚਾਉਣ ਵਾਲਾ ਆਨੰਦਾਂ ਦੀ ਪੁਰੀ ਹੈ ਪਿਚਕਾਰੀ ਹੱਥ ਵਿੱਚ ਪਾਤਸ਼ਾਹ ਨੇ ਫੜੀ ਹੋਈ ਹੈ ਕਸਤੂਰੀ ਆਦਕ ਦੀ ਮਿਲਾਵਟ ਦੇ ਨਾਲ ਰੰਗ ਤਿਆਰ ਹੋਇਆ ਹੈ ਏਦਾਂ ਬਖੇਰਿਆ ਹਵਾ ਵਿੱਚ ਜਿਵੇਂ ਵਰਖਾ ਹੁੰਦੀ ਹੈ ਬਾਪੂ ਨੇ ਉਹ ਪਿਚਕਾਰੀ ਚੱਲਦੀ ਰਹੀ ਹਰ ਬੇਰੰਗ ਹਰ ਡਿਪਰੈਸਡ ਬੰਦਾ ਹਰ ਚਿੰਤਾ ਤੁਰ ਬੰਦਾ ਨੰਦਾਂ ਦੀ ਪੁਰੀ ਦੇ ਰੰਗ ਵੇਖ ਕੇ ਉਹਦੀ ਪਿਚਕਾਰੀ ਦੀ ਮਾਰ ਹੇਠ ਆ ਕੇ ਉਹਦੇ ਪਾਕ ਹਸਤ ਕਮਲਾਂ ਦੇ ਰੰਗ ਨੂੰ ਚੱਖ ਕਰਕੇ ਅੱਜ ਭਾਈ ਨੰਦ ਲਾਲ ਕਹਿੰਦੇ ਨੇ ਖੁਸ਼ਬੂ ਵਾਲਾ ਬਣ ਗਿਆ ਖੇੜੇ ਵਾਲਾ ਬਣ ਗਿਆ ਖੁਸ਼ੀ ਵਿੱਚ ਇਹ ਜਹਾਨ ਆ ਗਿਆ ਹਰ ਫਿੱਕਾ ਬੇਰੰਗ ਅੱਜ ਰੰਗੀਨ ਕਰ ਦਿੱਤਾ ਕਲਗੀਧਰ ਨੇ ਇਸ ਰੂਹੇ ਜ਼ਮੀਨ 'ਤੇ ਕਹਿੰਦੇ ਗੁਲਾਲ ਅਫਸਾਨੀ ਅਜ ਦਸਤੇ ਮੁਬਾਰਕ ਜ਼ਮੀਨੋ ਆਸਮਾਰਾ ਸੁਰਖ ਰੂਹ ਕਰਦ ਚੌਥੇ ਸ਼ੇਰ ਵਿੱਚ ਕਹਿੰਦੇ ਨੇ ਗੁਲਾਲ ਕੁਝ ਬਜ਼ੁਰਗ ਬੈਠੇ ਨੇ ਸ਼ਾਇਦ ਉਹਨਾਂ ਨੂੰ ਇਹ ਖਿਆਲ ਹੋਵੇ ਦੁਪਹਿਰੀਏ ਦਾ ਫੁੱਲ ਹੁੰਦਾ ਇੱਕ ਉਹ ਦੁਪਹਿਰੀਏ ਦਾ ਫੁੱਲ ਬੜਾ ਸੁਰਖ ਲਾਲ ਹੈ ਉਹਦਾ ਕੁੱਟ ਕੇ ਰੰਗ ਬਣਾਇਆ ਜਾਂਦਾ ਸੀ ਆਟੇ 'ਚ ਮਿਲਾਉਂਦੇ ਸੀ ਉਸਨੂੰ ਗੁਲਾਲ ਕਹਿੰਦੇ ਸਨ ਕਹਿੰਦੇ ਕਲਗੀਧਰ ਪਾਤਸ਼ਾਹ ਅਫਸਾਨੀ ਉਡਾਉਣਾ ਤੁਸੀਂ ਆਪਣੇ ਪਵਿੱਤਰ ਹੱਥਾਂ ਨਾਲ ਦਸਤ ਹੱਥਾਂ ਨੂੰ ਕਹਿੰਦੇ ਨੇ ਪਵਿੱਤਰ ਹੱਥਾਂ ਦੇ ਨਾਲ ਗੁਲਾਲ ਹਵਾ 'ਚ ਉਡਾਇਆ ਅਤੇ ਇਉਂ ਜਾਪਿਆ ਜਿਵੇਂ ਇਹ ਫਿੱਕਾ ਜਿਹਾ ਭਾਰਤ ਦਾ ਅਸਮਾਨ ਅਤੇ ਜ਼ਮੀਨ ਜੋ 700 ਵਰ੍ਹੇ ਤੋਂ ਫਿੱਕੀ ਸੀ ਗੁਲਾਮੀ ਵਿੱਚ ਅੱਜ ਬਾਪੂ ਲਾਲੋ ਲਾਲ 'ਤੇ ਰੰਗੀਨ ਹੋਈ ਗਈ ਹੈ ਐਸਾ ਹੋਲਾ ਇੱਥੇ ਚੱਲਿਆ ਪੰਜਵਾਂ ਸ਼ੇਰ ਹੈ ਦੋ ਆਲਮ ਗਸ਼ਤ ਰੰਗੀਨ ਨਜ਼ਤ ਫੈਲਸ਼ ਚੂ ਸ਼ਾਹਮ ਜ਼ਾਮਾ ਰੰਗੀਨ ਦਰਕੁਲੂ ਕਰਦ ਕਹਿੰਦੇ ਹੋਇਆ ਕੀ ਜਦੋਂ ਤੂੰ ਰੰਗ ਬਖੇਰਿਆ ਸਿੰਘਾਂ ਨੇ ਤੇਰੇ 'ਤੇ ਬਖੇਰਿਆ ਇਹ ਆਲਮ ਇਹ ਲੋਕ ਗਸ਼ਤ ਦਾ ਮਤਲਬ ਇਹ ਰੰਗੀਨ ਹੋ ਗਏ ਇਹ ਰੰਗੀਨ ਹੋ ਗਏ ਸਤਿਗੁਰੂ ਤੇਰੀ ਕਿਰਪਾ ਨਾਲ ਲੋਕਾਂ ਦੇ ਦੁੱਖ ਕੱਟੇ ਗਏ ਖੇੜੇ ਵਿੱਚ ਆ ਗਏ ਇਹ ਰੰਗੀਨ ਹੋ ਗਏ ਇਹ ਤੇਰੀ ਹੀ ਕਿਰਪਾ ਸੀ ਪਾਤਸ਼ਾਹ ਤੇਰਾ ਜਾਮਾ ਰੰਗੀਨ ਹੋਇਆ ਅਤੇ ਇਸ ਨੰਦ ਲਾਲ ਗੋਏ ਦੇ ਜਾਮੇ ਨੂੰ ਵੀ ਤੂੰ ਰੰਗ ਕੇ ਰੰਗੀਨ ਕੀਤਾ ਅਤੇ ਤੇਰੇ ਜਾਮੇ ਦੇ ਰੰਗੀਨ ਹੁੰਦਿਆਂ ਹੀ ਮਹਾਰਾਜ ਅਸਮੀਨ ਅਏ ਆਸਮਾਨ ਇਹ ਰੂਹੇ ਜ਼ਮੀਨ ਵੀ ਰੰਗੀਨ ਜਾਪਣ ਲੱਗ ਪਈ ਭਾਵੇਂ ਚੜ੍ਹਦੀ ਕਲਾ ਦਾ ਪ੍ਰਤੀਕ ਸੀ ਹੋਲਾ ਮਹੱਲਾ ਇਸ ਗਜ਼ਲ ਦੇ ਛੇਵੇਂ ਸ਼ੇਰ ਵਿੱਚ ਕਹਿੰਦੇ ਨੇ ਕਸੇ ਕੋ ਦੀਦ ਦੀਦਾਰੇ ਮੁਕੱਦਸ ਮੁਰਾਦੇ ਉਮਰ ਰਾ ਹਾਸਿਲ ਨਿਕੋ ਕਰਦ ਕਹਿੰਦੇ ਭਾਈ ਨੰਦ ਲਾਲ ਤੂੰ ਕੀ ਲੈਣ ਆਇਆ ਹੋਲੇ ਮਹੱਲੇ 'ਤੇ ਆਪਣੇ ਬਾਰੇ ਸੁਣ ਲਓ ਹੁਣ ਤੁਹਾਡੇ ਮੇਰੇ ਬਾਰੇ ਇਹ ਜਿੰਨੇ ਵੀ ਹੋਲੇ 'ਤੇ ਲੱਖਾਂ ਦੀ ਗਿਣਤੀ 'ਚ ਆਏ ਹੋ ਤੁਹਾਡੇ ਬਾਰੇ ਭਾਈ ਨੰਦ ਲਾਲ ਇੱਕ ਗਜ਼ਲ ਪੇਸ਼ ਕਰਦੇ ਨੇ ਕਹਿੰਦੇ ਕਸੇ ਕੋ ਦੀਦ ਦੀਦਾਰੇ ਮੁਕੱਦਸ ਮੁਰਾਦੇ ਉਮਰ ਰਾ ਹਾਸਿਲ ਨਿਕੋ ਕਰਦ ਇਹਦੇ ਅਰਥ ਸਮਝੋ ਕਸੇ ਜਿਸ ਕਿਸੇ ਨੇ
ਹੋਲੇ ਮਹੱਲੇ ਉੱਪਰ ਦੀਦ ਐ ਗੁਰੂ ਗੋਬਿੰਦ ਤੇਰੀ ਦੀਦ ਪਾ ਲਈ ਤੇਰੇ ਦਰਸ਼ਨ ਕਰ ਲਏ ਲੋਕ ਕਹਿੰਦੇ ਨੇ ਨਾ ਵੀ ਪੰਜਾਬ ਦੀ ਧਰਤੀ ਹਰ ਪਿੰਡ ਹਰ ਸ਼ਹਿਰ ਮੁਹੱਲੇ ਦਾ ਹਰ ਘਰ ਅਗਰ ਖਾਲੀ ਹੁੰਦਾ ਹੈ ਤੇ ਉਹ ਹੋਲੇ ਮਹੱਲੇ ਵਾਲੇ ਦਿਨ ਹੁੰਦਾ ਹੈ ਸਭ ਆਨੰਦਪੁਰ ਆਉਂਦੇ ਨੇ ਪਤਾ ਕਿਉਂ ਆਉਂਦੇ ਅਸੀਂ ਭਾਈ ਨੰਦ ਲਾਲ ਕਹਿੰਦਾ ਕਸੇ ਕਹੋ ਅਗਰ ਕਿਸੇ ਨੇ ਦੀਦ ਐ ਗੁਰੂ ਗੋਬਿੰਦ ਤੇਰੇ ਦਰਸ਼ਨ ਦੀਦਾਰੇ ਕਰ ਲਏ ਜਿਹਨੇ ਤੇਰੇ ਦਰਸ਼ਨ ਕਰ ਲਏ ਕੈਸੇ ਦਰਸ਼ਨ ਮੁਕੱਦਸ ਪਵਿੱਤਰ ਦਰਸ਼ਨ ਉਹਨੂੰ ਕੀ ਮਿਲਿਆ ਆਖਣ ਲੱਗੇ ਮੁਰਾ ਦੇ ਉਮਰਾ ਹਾਸਿਲ ਨਿਕੋ ਕਰਦ ਉਹਨੇ ਉਮਰ ਦੀ ਹਰ ਮੁਰਾਦ ਪਾ ਲਈ ਉਹਨੇ ਮਨ ਦੀ ਹਰ ਇੱਛਤ ਵਸਤੂ ਹਾਸਲ ਕਰ ਲਈ ਕਿਉਂਕਿ ਦੁਨੀਆਂ 'ਤੇ ਦੇਣ ਵਾਲਾ ਇੱਕ ਹੀ ਹੈ ਦਾਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ ਦਿੰਦਿਆਂ ਟੋਟ ਨਾ ਆਵਈ ਅਗੰਤ ਭਰੈ ਭੰਡਾਰ ਜਿਹੜਾ ਗੁਰੂ ਗੋਬਿੰਦ ਸਿੰਘ ਤੇਰੇ ਦਰਸ਼ਨ ਕਰ ਲੈਂਦਾ ਏ ਉਹਨੂੰ ਉਮਰਾਂ ਦੇ ਫਲ ਮਿਲ ਜਾਂਦੇ ਨੇ ਉਹ ਨਦਰੋ ਨਦਰ ਨਿਹਾਲ ਹੁੰਦਾ ਹੈ ਔਰ ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨੇ ਨਾਨਕ ਨਦਰੀ ਨਦਰ ਨਿਹਾਲ ਨਿਹਾਲ ਲਫ਼ਜ਼ ਫਾਰਸੀ ਦਾ ਹੈ ਖੁਸ਼ ਪ੍ਰਫੁੱਲਿਤ ਆਏ ਮਰਸੀਫੁਲ ਲਾਰਡ ਗੁਰੂ ਗੋਬਿੰਦ ਸਿੰਘ ਬਾਈ ਓ ਗ੍ਰੇਸ ਐਵਰੀ ਸਿਨ ਇਜ਼ ਅਰੇਜ਼ਡ ਹਰ ਪਾਪ ਮਿਟ ਗਿਆ ਹਰ ਦਾਤ ਝੋਲੀ ਪੈ ਗਈ ਹੋਲੇ ਮਹੱਲੇ ਤੇ ਆਉਣ ਦਾ ਸਿੱਖਾ ਇਹ ਫਲ ਮਿਲਦਾ ਹੈ ਅੱਜ ਉਹ ਸ਼ਬਦ ਸਰੂਪ ਗੁਰੂ ਗ੍ਰੰਥ ਸਾਹਿਬ ਨੇ ਕਦੇ ਉਹ ਸਰਗੁਣ ਸਰੂਪ ਨੇ ਕਦੇ ਜੋਤ ਸਰੂਪ ਨੇ ਅਖੀਰਲੇ ਸ਼ੇਰ ਵਿੱਚ ਕਹਿੰਦੇ ਨੇ ਸ਼ਬਦ ਕੁਰਬਾਨੇ ਖਾ ਕੇ ਰਾਹੇ ਸੰਗਤ ਸ਼ਬਦ ਕੁਰਬਾਨੇ ਖਾ ਕੇ ਰਾਹੇ ਸੰਗਤ ਦਿਲੇ ਗੋਇਆ ਹਾਮੀ ਬਸਾ ਰਜ਼ੂ ਕਰਦ ਜਿਹੜੇ ਨਹੀਂ ਨਾ ਪਹੁੰਚ ਪਾਉਂਦੇ ਭਾਈ ਨੰਦ ਲਾਲ ਕਹਿੰਦੇ ਉਹ ਅਰਦਾਸ ਕਰਿਆ ਕਰੋ ਕਹਿੰਦੇ ਮੈਂ ਕਰਦਾ ਜਿਸ ਦਿਨ ਮੈਨੂੰ ਸੰਗਤ ਨਾ ਮਿਲੇ ਸੰਤਾਂ ਦੀ ਸੰਗਤ ਨਾ ਮਿਲੇ ਕਹਿੰਦੇ ਮੈਂ ਇਹ ਅਰਦਾਸ ਕਰਦਾ ਹਾਂ ਵੀ ਮੈਂ ਗੁਰੂ ਗੋਬਿੰਦ ਸਿੰਘ ਸੰਗਤ ਦੀ ਚਰਨਾਂ ਦੀ ਰਾਹ ਵਾਲੀ ਖਾਕ ਤੋਂ ਜਿਉਂਦੀ ਉਹ ਲੰਘਦੇ ਨੇ ਕੁਰਬਾਨ ਜਾਵਾਂ ਅਤੇ ਮੇਰੇ ਜੀਵਨ ਵਿੱਚ ਅਗਰ ਕੋਈ ਇੱਛਾ ਹੈ ਤਾਂ ਉਹ ਇਹੀ ਹੈ ਮੈਨੂੰ ਸੰਗਤਾਂ ਦੇ ਚਰਨਾਂ ਦੀ ਧੂੜੀ ਇਸ ਹੋਲੇ ਮੱਲੇ ਦੇ ਦਿਹਾੜੇ 'ਤੇ ਬਖਸ਼ਦੇ ਮਸਤਕ ਨੂੰ ਲਾ ਕੇ ਭਵ ਸਾਗਰ ਤੋਂ ਉਤਰ ਜਾਵਾਂ ਐਸੀ ਮਹਿਮਾ ਹੈ ਨਾਨਕ ਮਹਾਰਾਜ ਵੀ ਪਰਸ਼ੀਅਨ ਲਿਖਦੇ ਨੇ ਗੁਰੂ ਗੋਬਿੰਦ ਸਿੰਘ 'ਤੇ ਲਿਖਦੇ ਹੀ ਨੇ ਗੁਰੂ ਨਾਨਕ ਸਾਹਿਬ ਵੀ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ ਤੇਰੇ ਸੇਵਕਾਂ ਦੇ ਚਰਨਾਂ ਦੀ ਖਾਕ ਮਿਲ ਜਾਵੇ ਭਾਈ ਨੰਦ ਲਾਲ ਮੰਗਦੇ ਨੇ ਬਾਣੀ ਕਹਿੰਦੀ ਆ ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਇਹੀ ਸੰਗਤਾਂ ਦੇ ਚਰਨਾਂ ਦੀ ਧੂੜ ਮੰਗਿਆ ਕਰੋ ਇੱਥੇ ਨਿਰਮਾਣਤਾ ਵਿੱਚ ਆਇਆ ਕਰੋ ਮਹਾਰਾਜ ਨੇ ਮਾਲਾ ਤੋਂ ਤਲਵਾਰ 'ਤੇ ਖਾਲਸਾ ਪੰਥ ਸਾਜ ਕੇ ਸਿੱਖ ਜਗਤ ਦੀ ਹਸਤੀ ਨੂੰ ਲੈ ਆਂਦਾ ਐਸਾ ਤਾਣ ਬਖਸ਼ਿਆ ਪ੍ਰੈਕਟਿਸ ਕਰਵਾਈ ਗਈ ਇਹ ਦਿਹਾੜੇ ਮਨਾ ਕਰਕੇ ਸਤਿਗੁਰ ਮੇਰਾ ਤਾਣ ਨਿਤਾਣ ਬਾ ਗੁਰੂ ਇਜ਼ ਆਲ ਪਾਵਰਫੁੱਲ ਬਰਕਤਾਂ ਦੇ ਕੇ ਗੁਰੂ ਨੇ 700 ਵਰ੍ਹੇ ਤੋਂ ਗੁਲਾਮ ਭਾਰਤ ਵਰਸ਼ ਦੇ ਕਾਇਰ ਲੋਕਾਂ ਨੂੰ ਸਿਆਰਗ ਅਤੇ ਸਿੰਘਲੇਤ ਬਣਾਈ ਸਿਆਰਗ ਤੋਂ ਗਿੱਦੜ ਤੋਂ ਸ਼ੇਰ ਬਣਾ ਕੇ ਐਸੀ ਤਲਵਾਰ ਹੱਥ ਵਿੱਚ ਦਿੱਤੀ 12 ਮਿਸਲਾਂ ਦਾ ਰਾਜ ਆਇਆ ਪੰਜਾਬ ਭਾਰਤ ਦੇ ਅੱਜ ਦੇ ਸਮੇਂ ਦੇ ਦੇਸ਼ ਨਾਲੋਂ ਵੱਡਾ ਦੇਸ਼ ਜਿੱਤ ਲਿਆ ਰਾਜਾ ਰਣਜੀਤ ਸਿੰਘ ਦਾ ਹਲੇਮੀ ਰਾਜ ਆਇਆ ਬਾਬਾ ਬੰਦਾ ਸਿੰਘ ਬਹਾਦਰ ਇਹਨਾਂ ਨੂੰ ਪਹਿਲਾਂ ਸਿੱਖ ਜਗਤ ਦਾ ਪਹਿਲਾ ਬੇਤਾਜ ਬਾਦਸ਼ਾਹ ਬਣਿਆ ਇਹ ਹੋਲੇ ਮਹੱਲੇ ਤੋਂ ਹੀ ਮਾਲਾ ਤੋਂ ਗੱਲ ਤਲਵਾਰ ਤਾਈਂ ਪਹੁੰਚੀ ਅਤੇ ਮੁਗਲੀਆ ਸਲਤਨਤ ਦਾ 700 ਸਾਲ ਪੁਰਾਣਾ ਰਾਜ ਅਸੀਂ ਪੁੱਟ ਕੇ ਖਾਲਸੇ ਦੇ ਝੰਡੇ ਗੱਡੇ ਸਨ ਸਭ ਸੁਖਾਲੀ ਬੁੱਠੀਆਂ ਇਹੋ ਹੋਆ ਹਲੇਮੀ ਰਾਜ ਜੀਉ ਨਿਮਰਤਾ ਦਾ ਰਾਜ ਬੰਦਾ ਸਿੰਘ ਬਹਾਦਰ ਨੇ 12 ਮਿਸਲਾਂ ਨੇ ਬਾਬਾ ਰਣਜੀਤ ਸਿੰਘ ਨੇ ਫਿਰ ਇਸ ਰੂਹੇ ਜ਼ਮੀਨ 'ਤੇ ਕੀਤਾ ਇਹ ਹੋਲੇ ਮਹੱਲੇ ਦਾ ਹੀ ਦਿਹਾੜਾ ਸੀ ਭਾਈ ਨੰਦ ਲਾਲ ਕਹਿੰਦੇ ਤਿਆਰੀ ਹੋ ਗਈ 1699 ਦੀ ਵਿਸਾਖੀ ਵੀ ਆ ਗਈ ਅੰਮ੍ਰਿਤ ਸੰਚਾਰ ਕੀਤਾ ਅੰਮ੍ਰਿਤ ਛਕਾ ਕੇ ਉਹ ਕਹਿੰਦੇ ਮੈਂ ਹੈਰਾਨ ਹਾਂ ਆਪਣੇ ਗੰਜਨਾਮੇ ਵਿੱਚ ਉਹ ਲਿਖਦੇ ਨੇ ਕਹਿੰਦੇ
शेराने अफवाजे मनसूरे अश यका ताज वाली वाए आलम कुशायश नुसरत ताराज। इदा मतलब है अफवाजे फौजा शेराने शेर मनसूर कामयाब होने वाले गुरु।